सिकाल अदाब नमस्ते अस्सलाम वालेकुम। मैं हाँ तुहाडा दोस्त परवेज भट्ट। अज असी तुहानू उस फनकार कलाकार दे नाल मिलाउण जा रहे हैं जिन्हां दे गाणियां दे विच जोश ते डौलियां दे विच जान आ, जिन्हां ने सिर कढ़वे रिकॉर्ड जिहड़े पैदा कीते होए आ, ते जिहड़ा जट फिर आ गया खुत्ती पाउण नूं। समझदा तुसीं गए ही होणे आ कि मैं तुहानूं दस देना चाहुंदा कि अज असीं तुहानूं मिलाउण जा रहे हां के एस मक्खन जी दे नाल। असीं इस टाइम उहनां दे जिहड़े घर आ उहनां दा जिहड़ा खूह आ असीं उत्थे ही खड़े हां। आओ तुहानूं मिलाउणे आ जी उहनां दे नाल। के एस मक्खन जी, सब तों पहलां तुहाडा स्वागत है जी जग पंजाबी न्यूज़ ते। हाँ जी परवेज जी, प्यार भरी सति श्री अकाल जी। सति श्री अकाल। जग पंजाबी न्यूज़ दे सारे ही दर्शकां नूं के एस मक्खन वल्लों प्यार भरी सति श्री अकाल जी। अच्छा जी मखन जी, देखो जिहड़े तुहाडे जिहड़े फैन आ ਉਹ ਦੁਨੀਆ ਦੇ ਹਰ ਕੋਨੇ ਦੇ ਉੱਪਰ ਬੈਠੇ ਆ ਜੀ। ਜੀ ਜੀ। ਤੇ ਉਹ ਜਿਹੜੇ ਫੈਨ ਆ ਜੀ, ਉਹ ਤੁਹਾਡੇ ਬਾਰੇ ਹਰ ਗੱਲ ਜਿਹੜੀ ਜਾਣਕਾਰੀ ਆ ਉਹਦੀ ਉਹ ਰੱਖਣਾ ਚਾਹੁੰਦੇ ਆ। ਜੀ ਜੀ। ਤੇ ਇਸ ਕਰਕੇ ਆਪਾਂ ਜੀ ਬਚਪਨ ਤੋਂ ਹੀ ਸ਼ੁਰੂ ਕਰਾਂਗੇ, ਤੇ ਸਾਡੇ ਜਿਹੜੇ ਸਰੋਤੇ ਆ ਤੁਹਾਡੀ ਹਰ ਗੱਲ ਜਿਹੜੀ ਆ ਉਹ ਬਚਪਨ ਤੋਂ ਹੁਣ ਤੱਕ ਆਪਾਂ ਗੱਲਬਾਤ ਕਰਾਂਗੇ ਸਾਰੀ ਜੀ। ਥੋੜ੍ਹਾ ਜਿਹਾ ਟਾਈਮ, ਸਾਨੂੰ ਪਤਾ ਤੁਸੀਂ ਬਿਜ਼ੀ ਜ਼ਰੂਰ ਆ, ਪਰ ਅਸੀਂ ਤੁਹਾਡੇ ਕੋਲ ਥੋੜ੍ਹਾ ਜਿਹਾ ਟਾਈਮ ਵੱਧ ਲਵਾਂਗੇ ਜੀ। ਆਪਾਂ ਪਿੰਡੂ ਆ ਨੇੜੇ, ਤੁਸੀਂ ਸ਼ਰੀ ਤੋਂ ਜੀ, ਮੈਨੂੰ ਪਤਾ ਆ ਇਸ ਗੱਲ ਦਾ। ਹਾਂਜੀ ਹਾਂਜੀ। ਤੇ ਮਹਾਰਾਜ ਹੁਕਮ ਕਰੋ ਤੁਸੀਂ ਜਿੰਨਾ ਟਾਈਮ ਮਰਜ਼ੀ। ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਛਾ ਜੀ ਮੱਖਣ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਜੀ, ਮੁੱਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ਔਰ ਬਚਪਨ ਜਿਹੜਾ ਤੁਹਾਡਾ ਜਿਹੜਾ ਸਾਰਾ ਬੀਤਿਆ ਉਹ ਕਿੱਥੇ ਬੀਤਿਆ ਜੀ? ਹਾਂਜੀ, ਪਿੰਡ ਸ਼ੰਕਰ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਜੀ। ਵੈਸੇ ਸ਼੍ਰੀ ਸ਼ੰਕਰ ਕਹਿ ਦਿੰਦੇ ਆ, ਸ਼੍ਰੀ ਸ਼ੰਕਰ ਇਕੱਠਾ ਹੀ ਕਹਿ ਦਿੰਦੇ ਆ ਜੀ, ਇਹ ਹੋ ਕੇ ਗੱਲ ਬਣਦੀ ਹੈ। ਹਾਂਜੀ ਹਾਂਜੀ। ਤੇ ਮੈਂ ਆਪਣੇ ਪਿੰਡ ਹੀ ਸਰਕਾਰੀ ਹਾਈ ਸਕੂਲ ਜੀ ਸ਼ੰਕਰ ਤੋਂ ਹੀ ਮੈਟ੍ਰਿਕ ਕੀਤੀ ਜੀ। ਉਦੋਂ ਬਾਅਦ ਮੈਂ ਇੱਥੇ ਡੀਏਵੀ ਕਾਲਜ ਨਕੋਦਰ ਜੀ, ਤੇ ਫਿਰ ਨੈਸ਼ਨਲ ਕਾਲਜ ਨਕੋਦਰ, ਸਾਲ ਸਾਲ ਇੱਧਰ ਜੀ, ਤੇ ਫਿਰ ਸਿੱਧਾ ਖਾਲਸਾ ਕਾਲਜ ਜਲੰਧਰ ਚਲ ਗਿਆ ਜੀ। ਖਾਲਸਾ ਕਾਲਜ ਜਲੰਧਰ। ਹਾਂਜੀ। ਪਰ ਜਿਹੜੇ ਜ਼ਿਆਦਾ ਫਿਰ ਸਪੋਰਟਸ ਵਾਲੇ ਬੰਦੇ ਸੀਗੇ ਉਹ ਖਾਲਸਾ ਕਾਲਜ ਜਾਂਦੇ ਸੀਗੇ ਨਾ? ਐਕਚੁਅਲੀ ਮੈਂ ਕਈ ਇੰਟਰਵਿਊ ਚ ਪਹਿਲਾਂ ਹੋਈਆਂ। ਹਾਂਜੀ। ਮੈਂ ਚਾਹੁੰਦਾ ਤਾਂ ਸਪੋਰਟਸ ਵੱਲ ਨੂੰ ਸੀਗਾ ਜੀ, ਤੇ ਕਿਉਂਕਿ ਭਲਵਾਨਾਂ ਦਾ ਪਿੰਡ ਆ ਜੀ। ਬਿਲਕੁਲ ਸਹੀ ਗੱਲ ਹੈ ਜੀ। ਤੇ ਪਰ ਜੋ ਰੱਬ ਨੂੰ ਮਨਜ਼ੂਰ ਹੁੰਦਾ, ਜਿੱਧਰ ਉਹਨੇ ਲਿਖਿਆ ਹੁੰਦਾ ਦਾਣਾ ਪਾਣੀ, ਉਧਰ ਨੂੰ ਜੀ ਬੰਦਾ ਚਲੇ ਜਾਂਦਾ ਜੀ। ਤੇ ਫਿਰ ਮੈਂ ਇਧਰਲੇ ਪਾਸੇ ਆ ਗਿਆ ਜੀ। ਘਰ ਦੇ ਵਿੱਚ ਕੋਈ ਸੀਗਾ ਜੀ, ਜਾਂ ਮਤਲਬ ਆਪਣੇ ਆਪ ਹੀ ਤੁਹਾਨੂੰ ਸ਼ੌਂਕ ਪੈਦਾ ਹੋਇਆ ਸਪੋਰਟਸ ਦਾ ਜੀ? ਐ ਨਹੀਂ, ਆਪਣਾ ਜਿਹੜਾ ਪਿੰਡ ਸੀਗਾ, ਅਸੀਂ ਸਕੂਲੇ ਪੜ੍ਹਦੇ ਸੀਗੇ ਜੀ, ਤੇ ਉਸ ਟਾਈਮ ਜਿੱਦਾਂ ਸਰੀਰਕ ਸਿੱਖਿਆ ਦਾ ਜਿਹੜਾ ਪੀਰੀਅਡ ਹੁੰਦਾ ਸੀ, ਉਹਦੇ ਵਿੱਚ ਸਾਡੇ ਪੀਟੀ ਮਾਸਟਰ, ਡੀਪੀ ਮਾਸਟਰ ਜੀ, ਉਹ ਗੇਮਾਂ ਲਈ ਪ੍ਰੇਰਿਤ ਕਰਦੇ ਸੀਗੇ, ਤਾਂ ਉਹਦਾ ਜਿਹੜੇ ਉਹ ਘੰਟਾ ਪੌਣਾ ਘੰਟਾ ਦਾ ਸਮਾਂ ਹੁੰਦਾ ਸੀ, ਉਹ ਖੇਡਾਂ ਨਾਲ ਹੁੰਦਾ ਸੀ, ਕਈ ਵਾਰੀ ਗੇਂਦ ਖੇਡੀ ਜਾਣੀ ਜੀ, ਐਨਵਾਇਰਨਮੈਂਟ ਹੀ ਸਾਰਾ ਉਦਾਂ ਦਾ ਮਿਲਦਾ ਸੀ, ਸਿਸਟਮ ਸੀ ਉਹਦੇ ਵਿੱਚੋਂ ਆਪਣਾ ਚੱਲ ਪਿਆ ਜੀ। ਤੇ ਇਦਾਂ ਦਾ ਨਹੀਂ ਸੀ ਕੋਈ ਮਾਹੌਲ, ਨਾ ਸਿੰਗਿੰਗ ਵਾਲਾ ਸੀ, ਨਾ ਹੀ ਸਪੋਰਟਸ ਵਾਲਾ ਸੀ ਕੋਈ, ਇਹ ਤਾਂ ਕੁਦਰਤੀ ਜਿੱਦਾਂ ਜਿਹੜਾ ਐਨਵਾਇਰਨਮੈਂਟ ਮਿਲਿਆ ਉਹ ਤਾਂ ਉਸ ਮਾਹੌਲ ਦੀ, ਇਹ ਪਿੰਡਾਂ ਦੇ ਜਿਹੜੇ ਮਾਹੌਲ ਹੀ ਸਾਰਾ ਜਿਹੜਾ ਸਪੋਰਟਸ ਵਾਲਾ ਹੀ ਆ ਜੀ ਜੀ, ਉਧਰ ਦੀ ਲੰਘ ਗਿਆ, ਉਧਰ ਨੂੰ ਹੋ ਤੁਰੇ ਜੀ ਜੀ। ਤੇ ਫਾਦਰ ਸਾਹਿਬ ਤੁਹਾਡੇ ਦਾ ਕੀ ਕੰਮ ਸੀਗਾ ਜੀ, ਕਿੱਤਾ ਕੀ ਸੀਗਾ ਜੀ? ਹਾਂਜੀ, ਮੇਰੇ ਡੈਡੀ ਬਿਜਲੀ ਬੋਰਡ 'ਚ ਸਰਵਿਸ ਕਰਦੇ ਸੀ, ਗਵਰਨਮੈਂਟ ਜੋਬ। ਹਾਂਜੀ, ਗਵਰਨਮੈਂਟ ਜੋਬ ਸੀ, ਤੇ ਉਦੋਂ ਪਹਿਲਾਂ ਤਾਂ ਮੈਂ ਕੋਈ ਏਡੀ ਕੋਈ ਖੇਤੀਬਾੜੀ ਵੀ ਹੈ ਨਹੀਂ ਸੀਗੀ ਵੀ, ਜਾਂ ਬਹੁਤ ਬੰਦੇ ਕੋਲ ਜ਼ਮੀਨ ਜਾਇਦਾਦ ਆ ਜੀ, ਤੇ ਉਹ ਆਫਿਸ ਇੱਧਰ ਨੌਕਰੀ 'ਤੇ ਆ ਗਏ ਜੀ, ਤੇ ਹੈਂਡ ਟੂ ਮਾਊਥ ਗੁਜ਼ਾਰਾ ਚੱਲਦਾ ਰਿਹਾ ਸ਼ੁਰੂਆਤ ਜੀ ਜ਼ਿੰਦਗੀ ਦੀ, ਤਾਂ ਬਾਕੀ ਮਹਾਰਾਜ ਦੀ ਕਿਰਪਾ, ਫਿਰ ਜਦੋਂ ਰੰਗ ਬਦਲੇ ਫਿਰ ਤਾਂ ਹੁਣ ਬਿਲਕੁਲ ਜੀ ਬਿਲਕੁਲ ਜ਼ਿੰਦਾਬਾਦ ਆ ਕੰਮ, ਜ਼ਿੰਦਾਬਾਦ ਆ ਜੀ। ਅੱਛਾ ਸਰ, ਤੁਹਾਨੂੰ ਇੱਦਾਂ ਨਹੀਂ ਲੱਗਦਾ ਵੀ ਮੇਰਾ ਹੁਣ ਨਾਮ ਆ, ਮੇਰਾ ਸਟੇਟਸ ਆ, ਹੈ ਨਾ? ਤੇ ਤੁਹਾਨੂੰ ਪਤਾ ਜਿਹਦਾ ਨਾਮ ਤੇ ਸਟੇਟਸ ਹੋ ਜਾਂਦਾ ਉਹ ਪਿੰਡਾਂ ਚੋਂ ਨਿਕਲ ਕੇ ਨਾ ਸ਼ਹਿਰਾਂ ਵੱਲ ਨੂੰ ਫਲੈਟ ਵਗੈਰਾ ਲੈ ਲੈਂਦਾ, ਹੈ ਨਾ? ਤੇ ਤੁਹਾਨੂੰ ਨਹੀਂ ਲੱਗਦਾ ਜੀ, ਦੇਖੋ ਤੁਸੀਂ ਆ ਖੂਹ ਤੇ ਰਹਿੰਦੇ ਆ, ਮਤਲਬ ਜਿੱਦਾਂ ਦਾ ਮਾਹੌਲ ਪਹਿਲਾਂ ਵਾਲਾ ਹੀ ਮਾਹੌਲ ਆ ਜੀ ਤੁਹਾਡਾ? ਹਾਂਜੀ ਹਾਂਜੀ, ਮੈਂ ਜਿੱਦਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਹੁਣ ਜਿੱਦਾਂ ਪਿੰਡ ਦਾ ਜਿਹੜਾ ਸਿਸਟਮ ਆ ਜੀ, ਰੋਜ਼ ਪੇਂਡੂਆਂ ਨੂੰ ਮਿਲਣਾ, ਜਦੋਂ ਬਾਜ਼ਾਰ 'ਚ ਜਾਣਾ ਜੀ, ਤੇ ਜੇ ਹੁਣ ਮੈਂ ਸ਼ਹਿਰ ਟਰਾਈ ਕੀਤੀ ਸੀ ਜੀ, 6 ਮਹੀਨੇ ਰਿਹਾ ਜਾਣੀ ਕਿ, ਉਹ ਜਿਹੜੀ ਟਰਾਈ ਸੀ ਉਹ 'ਚ ਫਿਰ ਮੈਨੂੰ ਕਲੀਅਰ ਹੋਇਆ ਵੀ ਨਹੀਂ, ਤੂੰ ਪਿੰਡ ਨਹੀਂ ਰਹਿ ਸਕਦੇ, ਪੇਂਡੂਆਂ ਦੇ ਪਿੰਡ ਹੀ ਚੱਲ। ਤੇ ਟਰਾਈ ਮੈਂ ਕੀਤੀ ਸੀ ਵਿੱਚ, ਜਿੱਦਾਂ ਸਾਰੇ ਕਹਿੰਦੇ ਨਹੀਂ ਬਈ ਹੁਣ ਤੂੰ ਕਿਉਂ ਆਲੇ ਦੁਆਲੇ ਜਿੱਦਾਂ ਦਾ ਮਾਹੌਲ ਹੁੰਦਾ ਵੀ ਨਹੀਂ ਚੰਡੀਗੜ੍ਹ ਚੱਲੋ, ਤੇ ਇੱਕ ਫਿਰ ਤੁਹਾਨੂੰ
ਮੈਂ ਕਮਾਉਣਾ ਦਿਖਾਲਦਾ ਆਪਣਾ ਜੀ ਹੁਣ ਤੁਸੀਂ ਸਾਡੇ ਫਾਰਮ ਤੁਹਾਡਾ ਜੀ ਆਪਣਾ ਹਾਂ ਜੀ ਇੱਥੋਂ ਜੇ ਕੈਮਰਾ ਵੱਜੂਗਾ ਤਾਂ ਪੱਠੇ ਦਿਖਾ ਦਿਓ ਸਾਡੇ ਪੱਠੇ ਇਦਾਂ ਦੇ ਆ ਇਹ ਆਰਗੈਨਿਕ ਆ ਜੀ ਹੁਣ ਗਵਾਂਢੀਆਂ ਦੇ ਪੱਠੇ ਹੋਣੇ ਆ 11 11 12 12 ਫੁੱਟ ਜੀ ਤੇ ਅਸੀਂ ਇਹਨੂੰ ਖਾਦ ਖੂਦ ਨਹੀਂ ਪਾਉਂਦੇ ਢੇਰ ਰੂੜੀ ਨਾਲ ਜੋ ਹੁੰਦਾ ਉਹੀ ਮੇਰੇ ਉਧਰ ਰੱਖੇ ਆ ਪਸ਼ੂ ਜੀ ਦੁੱਧ ਲਈ ਦੋ ਤਿੰਨ ਮੱਝਾਂ ਤੇ ਦੋ ਤਿੰਨ ਗਾਈਆਂ ਜੀ ਬਸ ਉਹ ਕਹਿਣ ਦਾ ਮਤਲਬ ਵੀ ਇਹ ਖਾਣਾ ਦਾਣਾ ਪਿੰਡੂ ਤੇ ਫਿਰ ਐਵੇਂ ਕਹੀ ਜਾਣਾ ਵੀ ਸ਼ਹਿਰ ਚ ਮਿਲਾਵਟ ਜੇ ਹੈਗੀ ਤਾਂ ਉੱਥੇ ਰਵੇ ਜੀ ਜਿਆਦਾ ਆਪਾਂ ਨੂੰ ਪਤਾ ਹੀ ਆ ਵੀ ਮਿਲਾਵਟ ਆਉਣੀ ਆਪਾਂ ਆਪਣੀ ਜਿੰਨੀ ਕਿ ਟਰਾਈ ਬੈਸਟ ਹੁੰਦੀ ਉਹ ਕਰ ਲਈਏ ਸੋ ਇਹ ਵੀ ਇੱਕ ਰੀਜਨ ਸੀਗਾ ਜੀ ਖਾਣੇ ਦਾਣੇ ਦਾ ਖਾਣੇ ਦਾਣੇ ਦਾ ਤੇ ਨੰਬਰ 2 ਵੀ ਹੁਣ ਪਿੰਡੋਂ ਆ ਕੇ 20 ਬੰਦੇ ਮਿਲ ਕੇ ਜਾਂਦੇ ਆ ਮੈਂ 20 ਨੂੰ ਮਿਲਦਾ ਪਿੰਡ ਚ ਜਾ ਕੇ ਕੋਈ ਦਿਨ ਸੌਦ ਹੁੰਦਾ ਤੇ ਮੱਖਣ ਜੀ ਹੁਣ ਇਹ ਦੱਸ ਦਿਓ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜੀ ਹਾਂਜੀ ਪਰਿਵਾਰ ਮੰਮੀ ਡੈਡੀ ਤੇ ਦੋ ਮੇਰੇ ਬ੍ਰਦਰ ਆ ਮੰਗੀ ਕਾਕੇ ਦੇ ਨਾਂ ਨਾਲ ਜਾਣਦੇ ਉਦਾਂ ਉਹਨਾਂ ਦੇ ਪੱਕੇ ਨਾਂ ਰਣਜੀਤ ਸਿੰਘ ਆ ਹਰਦੀਪ ਸਿੰਘ ਆ ਸਿਸਟਰ ਆ ਮੇਰੀ ਇੰਗਲੈਂਡ ਚ ਆ ਗੁਰਦੀਪ ਕੌਰ ਜੀ ਤੇ ਸੋ ਇਸ ਕਰਕੇ ਮੈਂ ਬਾਕੀ ਮੇਰਾ ਫੈਮਿਲੀ ਵਾਈਫ ਮੇਰੀ ਤੇ ਦੋ ਬੱਚੇ ਅਜੇ ਆਪਾਂ ਕੈਨੇਡਾ ਹੀ ਰਹਿੰਦੇ ਆ ਜੀ ਸਰੀ ਚ ਆ ਜਿਹੜਾ ਹੁਣ ਗਾਣਾ ਆਇਆ ਜੀ ਤੁਹਾਡਾ ਹਾਂਜੀ ਹਾਂਜੀ ਖੁੱਤੀ ਪਾਉਣੀ ਮਤਲਬ ਪੰਜਾਬ ਦੇ ਕੀ ਮਤਲਬ ਪੂਰੇ ਪੂਰੇ ਵਰਲਡ ਦੇ ਵਿੱਚ ਜਿੱਥੇ ਪੰਜਾਬੀ ਸਾਡੇ ਵੱਸਦੇ ਆ ਜਿਨ੍ਹਾਂ ਨੂੰ ਸਮਝ ਆ ਨਾ ਮਤਲਬ ਹਰ ਦੇ ਮੂੰਹ ਤੇ ਬਿੱਲਾ ਦਾ ਇਹੀ ਗਾਣਾ ਹੋਣਾ ਆ ਔਰ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜਾ ਇੰਨਾ ਪਸੰਦ ਗਾਣਾ ਕੀਤਾ ਪਹਿਲਾਂ ਦਰਸ਼ਕਾਂ ਨੂੰ ਦੋ ਸ਼ਬਦ ਜ਼ਰੂਰ ਕਹਿ ਦਿਓ ਦੇਖੋ ਜੀ ਇਹ ਗੀਤ ਪੰਜਾਬੀਆਂ ਦਾ ਗੀਤ ਜਦੋਂ ਮੈਂ ਰਿਕਾਰਡ ਕਰਦਾ ਜੀ ਉਦੋਂ ਮੈਂ ਸੋਚਿਆ ਹੁੰਦਾ ਪਹਿਲਾਂ ਹੀ ਜੀ ਵੀ ਲੋਕਾਂ ਨੇ ਸੁਣਨਾ ਜੀ ਤੇ ਉਹਨਾਂ ਦੇ ਗੀਤ ਆ ਉਹਨਾਂ ਦੇ ਸ਼ਬਦ ਆ ਉਹਨਾਂ ਦੇ ਮੂੰਹਾਂ ਚੋਂ ਨਿਕਲੇ ਸ਼ਬਦਾਂ ਦੇ ਗੀਤ ਬਣਦੇ ਆ ਜੀ ਹਾਂ ਉਹਨੂੰ ਜਰਾ ਸੋਧ ਕੇ ਚੀਜ਼ਾਂ ਨੂੰ ਥੋੜਾ ਐਂਟਰਟੇਨਮੈਂਟ ਜ਼ਿਆਦਾ ਹੋ ਜਾਂਦਾ ਤੇ ਉਹ ਜਿੱਦਾਂ ਹੁਣ ਬਾਂਟੇ ਖੇਡਦੇ ਹੁੰਦੇ ਖੁੱਤੀ ਕਹਿਣਾ ਵੀ ਖੁੱਤੀ ਜੀ ਅਸੀਂ ਇਹ ਗੱਲ ਤੁਹਾਨੂੰ ਅਗਲਾ ਸਵਾਲ ਇਹੀ ਕਰਨਾ ਸੀਗਾ ਵੀ ਇਹ ਸਮਝਾ ਦਿਓ ਇੱਕ ਵਾਰੀ ਕਈ ਦਰਸ਼ਕਾਂ ਨੂੰ ਅੱਜ ਕੱਲ੍ਹ ਜ਼ਿਆਦਾਤਰ ਯੂਥ ਨੂੰ ਨਹੀਂ ਪਤਾ ਲੱਗਦਾ ਨਾ ਖੁੱਤੀ ਕੀ ਚੀਜ਼ ਆ ਹਾਂਜੀ ਉਹ ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਸਮਝਾ ਦਿਓ ਹਾਂਜੀ ਉਹ ਬਸ ਸਿੱਧੀ ਇਹ ਜਿਹੜੀਆਂ ਗੇਮਾਂ ਆ ਹਨਾ ਚੀਲਾ ਫਾਨਾ ਇਹ ਸਾਰੇ ਸ਼ਬਦ ਜਿਹੜੇ ਇਹਨੂੰ ਆਪਾਂ ਮਾਈਨਰ ਗੇਮਾਂ ਕਹਿ ਦਿੰਦੇ ਆ ਜੀ ਪਿੰਡਾਂ ਦੀਆਂ ਜਿਹੜੀਆਂ ਇਹ ਖੇਡਾਂ ਆ ਮਾਈਨਰ ਖੇਡਾਂ ਆ ਜਿਹੜੀਆਂ ਮਾਈਨਰ ਗੇਮਸ ਜਿਹਨੂੰ ਕਹਿ ਦਿੰਦੇ ਆ ਆਪਾਂ ਹਾਂਜੀ ਹਾਂਜੀ ਉਹ ਹੁਣ ਜੋ ਵੱਡੀਆਂ ਗੇਮਸ ਦੇ ਲਈ ਉਹ ਅਬਿਲਟੀ ਮਿਲਦੀ ਆ ਜੀ ਅਬਿਲਟੀ ਮਿਲਦੀ ਆ ਹੁਣ ਜੇ ਬਾਂਡੇ ਖੇਡਣੇ ਬੰਦਾ ਸ਼ਾਰਪ ਹੁੰਦਾ ਉਹਦਾ ਇੱਕ ਕਿਸਮ ਦਾ ਨਿਸ਼ਾਨੇਬਾਜ਼ ਹੋ ਜਾਂਦਾ ਬੰਦਾ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਦੇਖੋ ਬਈ ਇੱਥੇ ਸਾਡੇ ਬਾਬੇ ਸੁਥਰੇ ਸ਼ਾਹ ਜੀ ਦੇ ਮੇਲਾ ਹੁੰਦਾ ਉੱਥੇ ਬਾਂਟੇ ਖੇਡਦੇ ਇਧਰਲੇ ਪਾਸੇ ਰੌਣਕਾਂ ਲੱਗੀਆਂ ਹੁੰਦੀਆਂ ਕਈਆਂ ਨੇ ਝੋਲੀਆਂ ਭਰੀਆਂ ਅਸੀਂ ਵੀ ਕਈ ਵਾਰੀ ਜਿੱਤੇ ਕਈ ਵਾਰੀ ਹਰੇ ਕਈ ਵਾਰੀ ਮਾੜਾ ਮੋਟਾ ਹੁੰਦੜੇਰ ਸੀ ਕਿਸੇ ਤੋਂ ਖੋਹ ਲਈਦੇ ਸੀ ਚਾਰ ਬਾਂਟੇ ਜੇ ਸੂਤਨਾ ਆਉਣਾ ਵੀ ਘਰ ਨੂੰ ਚਾਰ ਬਾਂਟੇ ਲੈ ਕੇ ਆਉਣੇ ਆ ਜਿੱਦਾਂ ਅੱਜ ਬੰਦਾ ਸੋਚਦਾ ਵੀ ਘਰ ਨੂੰ ਯਾਰ ਚਾਰ ਆਨੇ ਲੈ ਕੇ ਆਉਣੇ ਆ ਬੰਦਾ ਕੰਮ ਕਾਰ ਚ ਜਾਂਦਾ ਜਦੋਂ ਹਰ ਗਿਆ ਤਾਂ ਖੋਲਣੇ ਆ ਉਦੋਂ ਫੇਰ ਇਦਾਂ ਛੋਟਾ ਜਿਹਾ ਬਣਿਆ ਹੁੰਦਾ ਸੀ ਗਰੁੱਪ ਜਿਹਾ ਕਹਿਣਾ ਚਲੋ ਬਈ ਬਿਲਕੁਲ ਜੀ ਇਹ ਬਾਂਟੇ ਬਾਂਦਰ ਕੀਲਾ ਹੋ ਗਿਆ ਜੀ ਉਹਦੇ ਨਾਲ ਫੁਰਤੀ ਮਿਲਦੀ ਆ ਜੀ ਪਿੱਠੂ ਗੇਮ ਹੋ ਗਿਆ ਹਾਂਜੀ ਬਾਕੀ ਏਦਾਂ ਹੁੰਦਾ ਵੀ ਕਹਿਣਾ ਵੀ ਹੁਣ ਕਾਇਮ ਹੋਏ ਆ ਕੁਛ ਕਰਕੇ ਦਿਖਾਲਦੇ ਆ ਜੀ ਤੇ ਦਰਸ਼ਕਾਂ ਨੂੰ ਇੱਕ ਵਾਰੀ ਡਿਟੇਲ ਦੇ ਵਿੱਚ ਦੱਸ ਦਿਓ ਜੀ ਉਹ ਖੁੱਤੀ ਜਿਹੜੀ ਪਾਰਟੀਕੂਲਰ ਚੀਜ਼ ਆ ਜਿਹੜਾ ਤੁਸੀਂ ਗਾਣਾ ਬੋਲਿਆ ਉਹ ਦੱਸ ਦਿਓ ਬਸ ਕਲੀਅਰ ਹੈ ਜੀ ਤਿਆਰ ਆ ਹੁਣ ਐਨ ਮੋਰਚਾ ਜੀ ਅਸੀਂ ਦੱਸ ਦਿੰਦੇ ਇਹ ਜਿਹੜਾ ਉਹ ਬਾਂਟੇ ਖੇਲਦੇ ਨਾ ਜਿਹਦੇ ਵਿੱਚ ਉਹ ਛੋਟੀ ਜੀ ਉਹ ਰੱਖੀ ਹੁੰਦੀ ਜਗ੍ਹਾ ਰੱਖੀ ਹੁੰਦੀ ਆ ਕੇ ਵੀ ਕਈ ਵਾਰੀ ਪੋਲੇ ਥਾਂ ਤੇ ਪਾ ਦਈਦੀ ਕਈ ਵਾਰੀ ਜਿਹੜਾ ਸਖਤ ਥਾਂ ਆ ਜੀ ਉਹਦੇ ਲਈ ਥੋੜਾ ਜਿਹਾ ਹੁੰਦਾ ਸੀ ਵੀ ਚੱਲ ਬੰਦਾ ਲੈਣੀ ਪੈਂਦੀ ਸੀ ਹਾਂ ਜਿੱਦਾਂ ਕਈਆਂ ਦੇ ਕੜਾ ਹੋਣਾ ਉਹਨਾਂ ਹੀ ਕੱਢ ਲੈਣੀ ਕਈ ਵਾਰੀ ਐਟ ਮਾਰ ਕੇ ਇਦਾਂ ਐਟ ਦੀ ਨੁੱਕਰ ਜੀ ਮਾਰ ਨੂੰ ਖੁੱਤੀ ਕਹਿੰਦੇ ਆ ਖੁੱਤੀ ਉਦਾਂ ਉਹਨੂੰ ਕਹਿੰਦੇ ਆ ਅਸਲੀ ਅਸਲੀ ਤੇ ਫਿਰ ਕਈ ਗੱਲਾਂ ਉਹ ਆਪਾਂ ਨਹੀਂ ਕਰ ਸਕਦੇ ਕਹਿਣਾ ਨਾ ਖੇਡਣਾ ਨਾ ਖੇਡਣ ਦੇਣਾ ਖੁੱਤੀ ਡੈਸ਼ ਇਦਾਂ ਦਾ ਵੀ ਕੰਮ ਉੱਥੇ ਹੋ ਜਾਂਦਾ ਸਹੀ ਗੱਲ ਇਹ ਹੁਣ ਖੁੱਤੀ ਦਾ ਸਮਾਂ ਆ ਇਹ ਸੋਸ਼ਲ ਮੀਡੀਆ ਦਾ ਸਮਾਂ ਆ ਜੀ 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 ਤੇ ਜਿਸ ਟਾਈਮ ਕੇਐਸ ਮੱਖਣ ਮਿੱਤਰਾਂ ਦੀ ਮੋਟਰ ਤੋਂ ਲੈ ਕੇ ਜੀ ਜੀ ਹਨਾ ਜੀ ਉਸ ਟਾਈਮ ਤਾਂ ਅਸੀਂ ਵੀ ਛੋਟੇ ਛੋਟੇ ਸੀਗੇ ਜੀ ਪਰ ਸਾਨੂੰ ਵੀ ਮਤਲਬ ਕੰਨਾਂ 'ਚ ਇੱਧਰ ਉੱਧਰ ਕੋਈ ਨਾ ਕੋਈ ਬੋਲਦਾ ਨਜ਼ਰ ਆਉਂਦਾ ਹੁੰਦਾ ਸੀਗਾ ਜੀ ਮਿੱਤਰਾਂ ਦੀ ਮੋਟਰ 'ਤੇ ਨਾ ਨਿੱਤ ਕੱਚ ਦੀ ਗਲਾਸੀ ਖੜ ਕੇ ਤੇ ਉਸ ਟਾਈਮ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ ਮੇਰੇ ਹਿਸਾਬ ਦੇ ਨਾਲ ਇੱਦਾਂ ਦੇਖੋ ਨਾ ਮੈਂ ਵੀ ਇਸ ਗੱਲ ਨਾਲ ਕਈ ਵਾਰੀ ਆਪ ਵੀ ਸੋਚ ਕੇ ਹੈਰਾਨ ਹੋਈਦਾ ਜਿੱਦਾਂ ਦੇ ਸਮਾਂ ਆਉਂਦਾ ਗਿਆ
ਆਪਾਂ ਉਦਾਂ ਤੋਂ ਚੱਲਦੇ ਰਹੇ ਜੀ ਬਿਲਕੁਲ ਤੇ ਇਸ ਪੀਰੀਅਡ ਦੇ ਵਿੱਚ ਜਿਹੜਾ 뮤직 ਦਾ ਮੇਰਾ ਹੈਗਾ ਸ਼ੁਰੂਆਤ ਉਦੋਂ ਪੋਸਟਰ ਲੱਗਦੇ ਹੁੰਦੇ ਸੀਗੇ ਜੀ ਤੇ ਟੇਪਾਂ ਆਉਣੀਆਂ ਜੀ ਤੇ ਫਿਰ ਉਦੋਂ ਬਾਅਦ ਸੀਡੀ ਸ਼ੁਰੂ ਹੋ ਗਈ ਫਿਰ ਹੋਲਡਿੰਗ ਸ਼ੁਰੂ ਹੋ ਗਏ ਫਿਰ ਉਦੋਂ ਬਾਅਦ ਜਲੰਧਰ ਦੂਰਦਰਸ਼ਨ ਤੋਂ ਪ੍ਰੋਗਰਾਮ ਲਸ਼ਕਾਰਾ ਪ੍ਰੋਗਰਾਮ ਹੋਰ ਪ੍ਰੋਗਰਾਮ ਸ਼ੁਰੂ ਹੋ ਗਿਆ ਉਹਨਾਂ 'ਚ ਗੀਤ ਲੱਗਣੇ ਹੈਵ ਟੂ ਵੀ ਜੇ ਉਹ ਗੀਤ ਦੇ ਵਿੱਚ ਤੁਸੀਂ ਲਸ਼ਕਾਰੇ ਵਿੱਚ ਇੱਕ ਦੋ ਗੀਤ ਆਉਂਦੇ ਆ ਤੇ ਉਹ ਪੰਜਾਬ ਨੂੰ ਪਤਾ ਕਿਉਂਕਿ ਇੰਨੀ ਖੱਜਲ ਖੁਆਰੀ ਨਹੀਂ ਸੀ ਵੀ ਕਿਹੜੀ ਚੀਜ਼ ਤੇ ਦੇਖੀਏ ਹੁਣ ਤਾਂ ਸੈਂਕੜੇ ਨਹੀਂ ਥਾਊਜ਼ੈਂਡ ਹੋਣੇ ਆ ਚੈਨਲ ਹੋਣੇ ਆ ਹੋਰ ਬਹੁਤ ਕੁਛ ਆ ਬਿਲਕੁਲ ਜੀ ਤੇ ਅੱਗੇ ਹੁੰਦਾ ਸੀ ਵੀ ਜਲੰਧਰ ਦੂਰਦਰਸ਼ਨ ਤੇ ਜਿਹੜਾ ਬੰਦੇ ਦਾ मतलब अपने आप नूं जी अगे लिआउण दे लई बहुत महंगा सीगा उस टाइम काम महंगा जिद्दां वी सी पर उह उदां दे समें नाल वी काम चली जांदा सी तुहाडा उह तां हर बंदे को फोन आ तुरे फिरदे हर बंदे नाल मैं सोचदा मैं हुण नोट कीता क्योंकि मैं आप ऑफ सीगा तिन सत्त अठ साल मैं म्यूजिक चो आउट ही रहा हाँ माड़ा मोटा कितने की कहें होंगे नचण वाले की अड्डी ना रही गाने वाले का मूँह क्योंकि मेरी ड्यूटी म्यूजिक न रिलेटड से मैं कितने ना कि कोई हल्का पतला गीत जो किसी ने कहना भी करिए मैं कहना यार नहीं हूँ आप छड़िया चलो फिर भी कई बार वो ठरक जहा जो हों पूरा कर लीदा सी बट हूँ मैं पूरा प्रोपरली जिदा पहला सगा उस ढंग ना हूँ मैं शुरू किया सिद्धू मूसे वाले ਕਿੱਦਾਂ ਦੇ ਸੰਬੰਧ ਕਿੱਦਾਂ ਦਾ ਰਿਸ਼ਤਾ ਜੀ ਛੋਟਾ ਭਰਾ ਜਦੋਂ ਕਿਤੇ ਹੈਲੋ ਹਾਈ ਹੁੰਦੀ ਆ ਵਧੀਆ ਇਸ ਟਾਈਮ ਉਹ ਚੜ੍ਹਦੀ ਰਮਾਲੀ ਦਾ ਜਿਹਦਾ ਮੱਲ ਨਹੀਂ ਹੁੰਦਾ ਜੀ ਇਦਾਂ ਆ ਜੀ ਸਿੱਧੂ ਜੀ ਉਹਦੇ ਵਿੱਚ ਹੁਣ ਐਵੇਂ ਕੋਈ ਬੰਦਾ ਸੜੀ ਭੁੱਜੀ ਜਾਵੇ ਉਹਦੇ ਨਾਂ ਤੋਂ ਤੇ ਉਹ ਗਲਤ ਗੱਲ ਆ ਕਦੀ ਸਾਨੂੰ ਵੀ ਬ੍ਰੇਕ ਮਿਲੀ ਇਦਾਂ ਅਸੀਂ ਵੀ ਆਪਣਾ ਪੂਰਾ ਪ੍ਰਾਈਮ ਟਾਈਮ ਦੇਖਿਆ ਚਲੋ ਮੈਂ ਤਾਂ ਅੱਜ ਵੀ ਹੈਪੀ ਆ ਮੈਂ ਬਿਲਕੁਲ ਜੀ ਅੱਜ ਮੈਨੂੰ ਤੁਸੀਂ ਆ ਕੇ ਦੱਸਿਆ ਅੱਜ ਦੇਖ ਲਓ ਜਿਹੜੇ ਉੱਥੇ ਬੈਠੇ ਵੀ ਟ੍ਰੈਂਡਿੰਗ ਦੇ ਵਿੱਚ ਬੰਦਾ ਆ ਗਿਆ ਜਿੰਦਾਬਾਦ ਆ ਦੁਬਾਰਾ ਹਨ ਜਿੰਦਾਬਾਦ ਤੇ ਦੇਖੋ ਹਥਿਆਰਾਂ ਦੀ ਐ ਵੀ ਹੁਣ ਉਹ ਗੱਲ ਕਰੀ ਜਾਣੀ ਵੀ ਹਥਿਆਰ ਆ ਗੀਚ ਕੋਈ ਚੀਜ਼ ਤਾਂ ਦਿਖਾ ਰਹੇ ਹਨ ਬਟ ਜੇ ਹਥਿਆਰ ਦਾ ਪਤਾ ਨਾ ਉਹ ਪੰਜਾਬੀ ਬੰਦੇ ਨੂੰ ਠੀਕ ਆ ਹਾਂ ਮੈਂ ਇੱਥੇ ਇਹ ਜ਼ਰੂਰ ਕਰੂੰਗਾ ਵੀ ਆਪਣੀ ਰੰਜਸ਼ਬਾਜ਼ੀ ਦੇ ਵਿੱਚ ਨਾ ਉਹਨੂੰ ਯੂਜ਼ ਕਰੋ ਆਪਣੇ ਆਪਣੀ ਕੌਮ ਲਈ ਆਪਣੇ ਸੂਬੇ ਲਈ ਆਪਣੇ ਲਈ ਤਕੜੇ ਹੋਣਾ ਚਾਹੀਦਾ ਕੱਲ ਨੂੰ ਕੋਈ ਬਾਹਰਲੀ ਸਟੇਟ ਕੁੱਟਣ ਆ ਗਈ ਇੱਥੇ ਕਿਸੇ ਨੂੰ ਪਤਾ ਹੀ ਨਾ ਹੋਵੇ ਭਾਵੇਂ ਚੀਜ਼ ਮੈਂ ਤੁਹਾਨੂੰ ਡਿਸਟ੍ਰੀਬਿਊਟ ਕਰਾਂ ਲਓ ਜੀ ਫੜੋ ਕਰੋ ਹਨ ਲੰਬੀਆਂ ਗੱਲਾਂ ਹੀ ਪਰ ਉਹ ਗੀਤਾਂ ਦੇ ਰਾਹੀਂ ਜੇ ਹੁਣ ਅਸੀਂ ਮਾੜਾ ਮੋਟਾ ਕੋਈ ਡੰਡ ਬੈਠਕਾ ਮਾਰਦੇ ਕੋਈ ਮੁੰਡੇ ਜਿੰਮ ਦਿਖਾ ਲਦੇ ਉਦੋਂ ਨਹੀਂ ਕੋਈ ਕਹਿੰਦਾ ਹਨਾ ਲਾਈਕ ਉਦੋਂ ਡੋਲਾ ਛੋਲਾ ਹੁਣ ਮੈਂ ਡੋਲਿਆਂ ਦੇ ਗੀਤ ਗਾਏ ਆ ਬਿਲਕੁਲ ਬਈ ਡੋਲਿਆਂ 'ਚ ਜਾਨ ਚਾਹੀਦੀ ਥੋੜ੍ਹਾ ਸੇਮ ਸਾਈਜ਼ ਆ ਨਹੀਂ ਪਤਲੋ ਥੋੜ੍ਹਾ ਰੋਮਾਂਸ ਵੀ ਆ ਹੁਣ ਇਹ ਥੋੜ੍ਹਾ ਵੀ ਕੋਈ ਬੰਦੇ ਦਾ ਚਿੜਚਿੜਾਈ ਸੁਭਾਅ ਹੋਵੇ ਉੱਦਾਂ ਦੇ ਗੀਤ ਮਸਲਾ ਇਹ ਆ ਵੀ ਜਿਹੜੀਆਂ ਗੀਤਾਂ ਰਾਹੀਂ ਚੀਜ਼ਾਂ ਜਾਂਦੀਆਂ ਮੇਰਾ ਖਿਆਲ ਤਾਂ ਉਹਦੇ ਨਾਲ ਜਾਗ੍ਰਿਤੀ ਆਉਂਦੀ ਆ ਤੇ ਮੇਰਾ ਤਾਂ ਇਹੀ ਸ਼ੋਰਟਲੀ ਕਹਿਣਾ ਕਿਸੇ ਨੂੰ ਐਵੇਂ ਕਹਿ ਦੇਣਾ ਹਥਿਆਰ ਦਾ ਜੇ ਪਤਾ ਹੀ ਨਾ ਪੰਜਾਬੀਆਂ ਨੂੰ ਫਿਰ ਪੰਜਾਬੀ ਕਾਹਦੇ ਬਿਲਕੁਲ ਹਨਾ ਹਾਂ ਉਹਨੂੰ ਮਿਸਯੂਜ਼ ਨਾ ਕਰੋ ਕਿਸੇ ਵੀ ਚੀਜ਼ ਨੂੰ ਹਨਾ ਹੀ ਜੇ ਹੁਣ ਅਸੀਂ ਮਾੜਾ ਮੋਟਾ ਕੋਈ ਡੰਡ ਬੈਠਕਾ ਮਾਰਦੇ ਕੋਈ ਮੁੰਡੇ ਜਿੰਮ ਦਿਖਾ ਲਦੇ ਉਦੋਂ ਨਹੀਂ ਕੋਈ ਕਹਿੰਦਾ ਹਨਾ ਲਾਈਕ ਉਦੋਂ ਡੋਲਾ ਛੋਲਾ ਹੁਣ ਮੈਂ ਡੋਲਿਆਂ ਦੇ ਗੀਤ ਗਾਏ ਆ ਬਿਲਕੁਲ ਬਈ ਡੋਲਿਆਂ 'ਚ ਜਾਨ ਚਾਹੀਦੀ ਥੋੜ੍ਹਾ ਸੇਮ ਸਾਈਜ਼ ਆ ਨਹੀਂ ਪਤਲੋ ਥੋੜ੍ਹਾ ਰੋਮਾਂਸ ਵੀ ਆ ਹੁਣ ਇਹ ਥੋੜ੍ਹਾ ਵੀ ਕੋਈ ਬੰਦੇ ਦਾ ਚਿੜਚਿੜਾਈ ਸੁਭਾਅ ਹੋਵੇ ਉੱਦਾਂ ਦੇ ਗੀਤ ਮਸਲਾ ਇਹ ਆ ਵੀ ਜਿਹੜੀਆਂ ਗੀਤਾਂ ਰਾਹੀਂ ਚੀਜ਼ਾਂ ਜਾਂਦੀਆਂ ਮੇਰਾ ਖਿਆਲ ਤਾਂ ਉਹਦੇ ਨਾਲ ਜਾਗ੍ਰਿਤੀ ਆਉਂਦੀ ਆ ਤੇ ਮੇਰਾ ਤਾਂ ਇਹੀ ਸ਼ੋਰਟਲੀ ਕਹਿਣਾ ਕਿਸੇ ਨੂੰ ਐਵੇਂ ਕਹਿ ਦੇਣਾ ਹਥਿਆਰ ਦਾ ਜੇ ਪਤਾ ਹੀ ਨਾ ਪੰਜਾਬੀਆਂ ਨੂੰ ਫਿਰ ਪੰਜਾਬੀ ਕਾਹਦੇ ਬਿਲਕੁਲ ਹਨਾ ਹਾਂ ਉਹਨੂੰ ਮਿਸਯੂਜ਼ ਨਾ ਕਰੋ ਕਿਸੇ ਵੀ ਚੀਜ਼ ਨੂੰ ਹਨਾ ਜਿਹੜਾ ਮੈਨੂੰ ਪਿਆਰ ਮਿਲਣਾ ਉਹ ਮਿਲ ਹੀ ਜਾਣਾ ਤੇ ਜਿੱਦਾਂ ਮੈਂ ਕਦੀ ਚਾਹੁੰਦਾ ਸੀ ਵੀ ਮੈਂ ਸਰਦੂਲ ਹੰਸ ਉਹਨਾਂ ਦੇ ਨਾਲ ਯਾਰ ਮੇਰਾ ਕੋਈ ਗੀਤ ਆਵੇ ਜਾਂ ਮੈਂ ਕਦੇ ਉਹਨਾਂ ਨਾਲ ਮੇਰੀ ਫੋਟੋ ਹੋਵੇ ਗੁਰਦਾਸ ਮਾਨ ਜੀ ਨੂੰ ਮੈਂ ਇਦਾਂ ਸੋਚਦਾ ਹੁੰਦਾ ਵੀ ਜੇ ਮੈਨੂੰ ਕਿਤੇ ਦਸਮਣ ਮੈਨੂੰ ਡੰਡੌਤ ਕਰਕੇ ਵੀ ਜਾਣਾ ਪਵੇ ਵੀ ਉੱਥੇ ਖੜੇ ਤਾਂ ਮੈਂ ਜਾ ਸਕਦਾ ਤੇ ਇਦਾਂ ਹੀ ਮੇਰਾ ਮਾਹੌਲ ਆ ਵੀ ਮੈਂ ਆਪਣੇ ਜਿਹੜੇ ਜੂਨੀਅਰ ਆ ਖਾਸ ਕਰਕੇ ਮੇਰੇ ਪਿੰਡੂ ਮੁੰਡੇ ਬਹੁਤ ਖਰਾ ਖਤਰਨਾਕ ਗਾਉਂਦੇ ਆ ਉਹ ਕਿਤੇ ਵੀ ਖੜ ਕੇ ਗਾ ਸਕਦੇ ਆ ਤੇ ਜੇ ਮੈਂ ਨਾਉਣ ਲੈਣ ਲੱਗਾ ਕਿਸੇ ਇੱਕ ਅੱਧੇ ਦਾ ਰਹਿ ਗਿਆ ਫਿਰ ਹੋ ਜਾਂਦਾ ਕਿਉਂਕਿ ਬਹੁਤ ਇਸ ਏਰੀਏ 'ਚ ਤੁਹਾਡੇ ਆ ਸ਼ਰੀਂ ਪਿੰਡ ਤੋਂ ਦੇਖੋ ਬਿਲਕੁਲ ਫਿਰ ਹੋਰ ਆਲੇ ਦੁਆਲੇ ਨਕੋਦਰ ਤੋਂ ਵਧੀਆ ਜਾਣੀ ਕਿ ਹਰ ਬੰਦੇ ਦੇ ਮੂੰਹ 'ਚ ਇਹੀ ਗੱਲ ਹੈ ਜੀ ਯਾਰ ਕੇਸ ਮੱਖਣ ਉਦਾਂ ਦਾ ਹੀ ਪਿਆ ਯਾਰ
परौठे बनाओ मखनी दे नाल ते लस्सी नाल सही गल घूक जा हो गए कोई परवाह नहीं जिदा किसी ने भंग पीती हुंदी आ इन्ना मजा परौठिया लस्सी दही चो सारे नूं पता जी सवेरे सवेरे दो तीन परौठे ਚੰਗੀ ਕੌਲੀ ਮਖਣੀ ਦੀ ਖਾਧੀ ਹੋਵੇ ਬਿਲਕੁਲ ਤੇ ਨਾਲੇ ਡੰਡ ਬੈਠੀਆਂ ਮਾਰੀਆਂ ਹੁਣ ਤੇ ਬੰਦਾ ਫਿਰ ਫਿੱਟ ਹੀ ਰਹਿੰਦਾ ਜੀ ਫਿੱਟ ਹੀ ਰਹਿਣਾ ਜੀ 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 ਲੋਕ ਨਾ ਸਿਆ ਦੇਖੋ ਆਪਣੇ ਆਪ ਨੂੰ ਜੇ ਤੁਹਾਨੂੰ ਲੋਕ ਪਿਆਰ ਕਰਦੇ ਆ ਜੀ ਤੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕੇਅਰਲੈਸ ਹੋ ਜਾਓ ਬਿਲਕੁਲ ਜੇ ਤੁਹਾਨੂੰ ਲੋਕ ਪਿਆਰ ਕਰਦੇ ਆ ਤੁਹਾਨੂੰ ਉਹ ਚੀਜ਼ ਉਦਾਂ ਦੇਖਣਾ ਮੰਗਦੇ ਤੇ ਤੁਹਾਨੂੰ ਬਣ ਕੇ ਰਹਿਣਾ ਚਾਹੀਦਾ ਬਣ ਛਣ ਕੇ ਰਹਿਣਾ ਚਾਹੀਦਾ ਜੀ ਤੇ ਕਿਸੇ ਵੀ ਫੀਲਡ 'ਚ ਆ ਜੀ ਬਿਲਕੁਲ ਮੰਨ ਲਓ ਕਿਸੇ ਹੋਰ ਕਿਸੇ ਪਾਸੇ ਨੂੰ ਤੁਸੀਂ ਆ ਹੁਣ ਬਿਲਕੁਲ ਜੀ ਮੈਂ ਦੇਖਿਆ ਤੁਸੀਂ ਗੱਡੀ 'ਚ ਆਏ ਹੋ ਚਾਰੇ ਪਾਸੇ ਤੋਪਾਂ ਬੀੜੀਆਂ ਹਨਾ ਕੈਮਰੇ ਤੋਪਾਂ ਵਾਂਗੂ ਬੀੜੇ ਤੇ ਮਜ਼ਾ ਆਉਂਦਾ ਵੀ ਚੱਲ ਯਾਰ ਕਿਸੇ ਪਾਸਿਓਂ ਵਧੀਆ ਐਂਗਲ ਲੈ ਕੇ ਤੁਹਾਡੀ ਐਂਟਰ ना मिलिया हो फैन तुहाडा बहुत दूर बैठा हो अगला भी सोचे असि भी एदां दी सेहत बना लईए ते मक्खन भाजी वरगे होईए देखो जी मैं हुण कनेडा दी रूटीन मेरी हैगी आ मोस्टली मैं उत्थे रहिंदा जी ते उत्थे दी जिहड़ी रूटीन हैगी आ जी ओ मैं सवेरे उठिया शावर लिया जी ठीक है फ्रैश होए जी ओदू बाद मैं चाह जरूर पीनी ते फिर मैं गुरु महाराज दा शुकराना जिन्ना भी टाइम हो जांदा है ना जी ते उस तो बाद फिर मेरी तैयारी हुंदी आ भी जिम नू जी हां जी बस ओ घंटा डेढ़ घंटा करके फिर अपने ਰਜ਼ੀਮੇ ਜ਼ਿੰਦਗੀ ਦੇ ਜਿਹੜੇ ਹੈਗੇ ਆ ਜੀ ਉਹਨਾਂ ਨਾਲ ਕੋਈ ਨਾ ਕੋਈ ਉੱਥੇ ਐਕਟੀਵਿਟੀਜ਼ ਜ਼ਿੰਦਗੀ ਵੀ ਹੈਗੀ ਆ ਜੀ ਤੇ ਇਦਾਂ ਦਾ ਹੈਗਾ ਜੀ ਤੇ ਤੁਸੀਂ ਹੁਣ ਇੰਡੀਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਤੇ ਕਿੰਨਾ ਕੁ ਟਾਈਮ ਹੋ ਰਿਹਾ ਤੁਸੀਂ ਉਹ ਦੱਸ ਦਿਓ ਜੀ ਕੋਈ ਤੁਹਾਨੂੰ ਦੂਰੋਂ ਨੇੜਿਓਂ ਮਿਲਣ ਵੀ ਆ ਸਕਦਾ ਜੀ ਇੱਥੇ ਹਾਂਜੀ ਮੈਂ ਹੁਣ ਇਦਾਂ ਸ਼ੁਰੂ ਕੀਤਾ ਹੈਗਾ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਮੈਂ ਹੁਣ ਮਿਸ ਕਰਦਾ ਸੀਗਾ ਵੀ ਜਿਹੜੀਆਂ ਮੈਂ ਇੰਟਰਵਿਊਜ਼ ਕੀਤੀਆਂ ਪਹਿਲਾਂ ਜੀ ਦੋ ਤਿੰਨ ਮੇਨ ਚੈਨਲਾਂ ਤੇ ਜੀ ਉਹਦੇ ਵਿੱਚ ਮੈਂ ਸੋਚਦਾ ਸੀ ਆਹ ਗੱਲ ਤੁਸੀਂ ਮੈਨੂੰ ਵਧੀਆ ਪੁੱਛ ਲਈ ਜੀ ਹੁਣ ਮੈਂ ਜੀ ਕੈਨੇਡਾ ਆ ਜੀ ਤੇ ਇੰਡੀਆ ਮੈਂ ਸਮਝ ਲਓ ਵੀ ਜਦੋਂ ਮੇਰੀ ਬੁਕਿੰਗ ਹੋਣੀ ਆ ਜੀ ਤੇ ਮੈਂ ਇਹ ਨਹੀਂ ਕਹਿਣਾ ਵੀ ਮੈਂ ਕੈਨੇਡਾ ਆ ਇੰਗਲੈਂਡ ਆ ਕਿਤੇ ਆ ਬਸ ਅਸੀਂ ਬੁਕਿੰਗ ਆਪਣੀ ਉਹ ਜਿਹੜੇ ਹੈਗੇ ਆ ਸ਼ੋਜ਼ ਵਗੈਰਾ ਉਹ ਕਰਾਂਗੇ ਜਿੱਥੇ ਵੀ ਹੋਵਾਂਗੇ ਜੀ ਤੇ ਮੇਰਾ ਜਿਹੜਾ ਮੇਨ ਰਹਿਸ਼ ਹੋਣਾ ਕੈਨੇਡਾ ਦੇ ਵਿੱਚ ਹੀ ਹੈ ਜੀ ਮੇਨ ਰਹਿਸ਼ ਕੈਨੇਡਾ ਜੀ ਹਾਂਜੀ ਹਾਂਜੀ ਉਹ ਪੰਜਾਬ 'ਚ ਪ੍ਰੋਗਰਾਮ ਹੋਵੇ ਉੱਥੋਂ ਡਾਇਰੈਕਟ ਫਲੈਟ ਆ 14 ਘੰਟੇ ਜੀ ਤੇ ਕਿਉਂਕਿ ਮੈਨੇਜਮੈਂਟ ਦੇ ਸਿਰ ਤੇ ਹੁੰਦਾ ਜੀ ਅੱਛਾ ਜੀ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਜੀ ਉਹ ਤੁਹਾਨੂੰ ਹੁਣ ਕਈਆਂ ਨੂੰ ਨਹੀਂ ਪਤਾ ਹੁੰਦਾ ਜੀ ਇਹ ਲਾਈਵ ਸ਼ੋਅ ਕਰਦੇ ਆ ਕਿ ਨਹੀਂ ਕਰਦੇ ਹਾਂਜੀ ਉਹ ਉਹਨਾਂ ਨੂੰ ਦੱਸ ਦਿਓ ਜੀ ਵੀ ਤੁਸੀਂ ਜੇ ਕਿਸੇ ਨੇ ਮੰਨ ਲਓ ਆਪਣੇ ਮੇਲੇ ਤੇ ਜਾਂ ਕਿਸੇ ਟੂਰਨਾਮੈਂਟ ਤੇ ਜਾਂ ਕਿਸੇ ਹੋਰ ਫੰਕਸ਼ਨ ਤੇ ਤੁਹਾਨੂੰ ਬੁਲਾਉਣਾ ਹੋਵੇ ਲਾਈਵ ਸ਼ੋਅ ਲਈ ਤਾਂ ਬੁਲਾ ਸਕਦੇ ਆ ਜੀ 100% ਜੀ ਆਪਾਂ ਹੈ ਹੀ ਇਸ ਕੰਮ ਲਈ ਜੀ ਡਿਊਟੀ ਮਹਾਰਾਜ ਨੇ ਇਹ ਲਾਈ ਆ ਹੋਰ ਕੰਮ ਹੀ ਨਹੀਂ ਕੋਈ ਆਇਆ ਜੀ 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 ਤੇ ਇਹੀ ਕੰਮ ਆਉਂਦਾ ਸੀਗਾ ਜੀ ਤੇ ਇਹੀ ਦੁਬਾਰਾ ਆਪਾਂ ਫੜ ਲਿਆ ਆ ਜੀ ਤੇ ਬਾਕੀ ਤੁਹਾਨੂੰ ਐਨੀ ਟਾਈਮ ਬੁੱਕ ਕਰਾ ਸਕਦੇ ਆ ਐਨੀ ਟਾਈਮ ਜੀ ਬਿਲਕੁਲ ਦੇਖੋ ਜਦੋਂ ਪ੍ਰੋਪਰ ਕਿਤੇ ਐਡਰੈਸ ਲਿਖਣਾ ਉਦੋਂ ਤਾਂ ਸ਼ੰਕਰ ਲਿਖਣਾ ਜਦੋਂ ਮੈਂ ਉਦਾਂ ਦੱਸਣਾ ਵੀ ਸ੍ਰੀ ਸ਼ੰਕਰ ਨੂੰ ਕੋਦਰ ਸ੍ਰੀ ਸ਼ੰਕਰ ਨੂੰ ਕੋਦਰ ਜੀ ਬਿਲਕੁਲ ਜੀ ਯਾਰ ਨੂੰ ਕੋਦਰ ਤੋਂ ਇਕੱਠੇ ਹੀ ਕਹਿੰਦੇ ਆ ਜੀ ਵੀ ਤਾਂ ਕਈ ਜਣੀ ਬਿਲਕੁਲ ਜੀ ਇਹ ਰਾਈਟਰ ਆ ਤੁਹਾਨੂੰ ਮਤਲਬ ਕਿਦਾਂ ਦੀ ਜਿਹੜੀ ਕਲਮ ਹੈ ਪਸੰਦ ਆ ਔਰ ਕਿਹੜੇ ਕਿਹੜੇ ਤੁਸੀਂ ਮਤਲਬ ਮੰਨਦੇ ਆ ਵੀ ਹਾਂ ਵਧੀਆ ਜਿਹੜੇ ਹੈਗੇ ਆ ਜੀ ਮੈਂ ਕਈ ਨਵੇਂ ਮੁੰਡਿਆਂ ਦੇ ਵੀ ਗੀਤ ਗਾਏ ਜੀ ਪਰ ਜਿਹਦਾ ਲਾਲ ਠੋਲੀ ਵਾਲਾ ਜੀ ਹੈਨਾ ਬਿਲਕੁਲ ਤੇ ਉਹਨਾਂ ਤੋਂ ਅਸੀਂ ਇਕੱਠੇ ਹੀ ਜਿੱਦਾਂ ਅਮਨ ਹੇਰ ਮੈਂ ਲਾਲ ਠੋਲੀ ਵਾਲਾ ਜੀ ਇਦਾਂ ਅਸੀਂ ਸ਼ੁਰੂ ਹੋਏ ਆ ਜਿੱਦਾਂ ਟੀਮ ਜੀ ਇੱਕ ਬਣ ਗਈ ਜੀ ਤੇ ਆਪਾਂ ਲਾਲ ਠੋਲੀ ਵਾਲੇ ਤੋਂ ਆਲਵੇਜ਼ ਜਿੱਦਾਂ ਕਾਲ ਕਰਨੀ ਕਰਨੀ ਵੇ ਜੀ ਸਰ ਜੀ ਹੁਣ ਜੀ ਲਾਲ ਬਾਜੀ ਕਰੋ ਜੀ ਕੋਈ ਚੀਜ਼ ਤਿਆਰ ਹੈ ਹੈ ਜੀ ਅੱਛਾ ਜੀ ਲਾਲ ਅਠੋਲੀ ਵਾਲੇ ਜੀ ਆਪਾਂ ਦੱਸ ਦਈਏ ਪਹਿਲਾਂ ਤਾਂ ਜੀ ਇੱਕ ਲਾਲ ਅਠੋਲੀ ਜੀ ਦਾ ਗਾ ਕੇ ਦੱਸ ਦਿਓ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਾ ਜਿਹੜਾ ਗੀਤ ਨਹੀਂ ਸਾਰੇ ਗੀਤ ਮੈਂ ਗੀਤ ਹੀ ਉਹਨਾਂ ਨੇ ਵਧੀਆ ਦੇਣਾ ਮੈਂ ਕੀ ਚੂਜ਼ ਕਰਨਾ ਜਦੋਂ ਸ਼ੁਰੂ ਕਰਦਾ ਵੀ ਆ ਵੀ ਕਰ ਲਈ ਆ ਵੀ ਕਰ ਲਈ ਇੱਕ ਗੀਤ ਦੇ ਦੋ ਬੋਲ ਜ਼ਰੂਰ ਦੱਸ ਦਿਓ ਕਿਉਂਕਿ ਨਾਲੇ ਪਤਾ ਲੱਗ ਜਾਊਗਾ ਦਰਸ਼ਕਾਂ ਨੂੰ ਜੀ ਵੀ ਐਡਾ ਵਧੀਆ ਜਿਹੜਾ ਗੀਤ ਹੈ ਇਹ ਲਾਲ ਅਠੋਲੀ ਵਾਲੇ ਦਾ ਸੀਗਾ ਜੀ ਹਾਂਜੀ ਹਾਂਜੀ ਆ ਉਂਗਲੀ ਤੇ ਰੁਮਾਲ ਕਮਾਉਂਦਾ ਦਿਲਵਰ ਜਾਨੀ ਦਿਲਵਰ ਜਾਨੀ ਮੈਨੂੰ ਸਹਿਨ ਤੇ ਨਾਲ ਬੁਲਾਉਂਦਾ ਦਿਲਵਰ ਜਾਨੀ ਦਿਲਵਰ ਜਾਨੀ ਉਂਗਲੀ ਤੇ ਰੁਮਾਲ ਕਮਾਉਂਦਾ ਹੈ ਦਿਲਵਰ ਜਾਨੀ ਦਿਲਵਰ ਜਾਨੀ ਸੁਣਿਆ ਹਰ ਬੰਦੇ ਨੇ ਹੋਣਾ
पर अज कुछ लोगों को यह नहीं पता होना, देखो KS मक्खन सिंगर का तो हर बंदे नूं पता गाया, पर लाल अठौली वाले जी ने यह गाना जिहड़ा ये लिखा सीगा, देखो किड्डा वधिया जिहड़ा गाना, उस महान बंदे दे लई असीं गल कर रहे हां जी। हाँ जी, नहीं नहीं, मैं तो ऑलवेज धन्नवाद करदा जी, ते मैं जदों दिल करे फोन कर लईदा, उहदा वी वड्डे भरा दा फोन आ जांदा जी, ते असीं की पेन टच वाली स्टोरी यार मिलदे वरतदे आ पूरा जी, ते नहीं तो कदे गीत तो बाद कईयां दी खिड़खप हो जांदियां जी, ते बाकी होर बहुत सारे सिंगरां ने, हुजा साहब संगीत सम्राट उन्होंने भी उन्हां दी कलम नूं बहुत पसंद कीता जी, ते उस तों इलावा जिन्हां नूं मैं कॉल करनी करनी आ भई मैनूं गीत चाहीदा, इंदा राय कोटी गीत मैं ਉਹ ਮੈਨੂੰ ਮੁੜ ਕੇ ਫਿੱਟ ਬੈਠੇ ਜਾਂ ਨਾ ਬੈਠੇ ਮੈਂ ਕਾਲ ਕਰਨੀ ਕਰਨੀ, ਕਿਉਂਕਿ ਉਹਨਾਂ ਦੇ ਵੀ ਵੱਡੇ ਟਰੈਕ ਘਾਟ ਰੜਕਦੀ ਰਹਿਣੀ ਹੈ ਜੀ, ਇੰਨਾ ਮਾਣ ਨਹੀਂ ਕਰੀਦਾ ਡੁੱਬ ਜਾਣੀ ਹੈ ਜਵਾਨੀਆਂ ਦੀ ਸਾਰਿਆਂ ਉੱਤੇ ਜੀ ਬਿਲਕੁਲ, ਤੇ ਜਤਿੰਦਰ ਡਮੇਲੀ ਗੀਤ ਮੈਂ ਉਹਨਾਂ ਦੇ ਦੋ ਕਈ ਗਾਏ ਆ ਜੀ, ਪਰ ਮੈਂ ਕਾਲ ਕਰਦਾ ਲਿਖਦੇ ਬੜਾ ਖਤਰਨਾਕ, ਪਰ ਸਾਹਿਤਕ ਬਹੁਤ ਲਿਖਦੇ ਡੂੰਘਾ ਵੀ ਨਾਲ ਇੱਕ ਦੱਸ ਦਿਓ ਜੀ ਨਾਲ, ਹਾਂ ਜੱਟੀ ਨੱਚਦੀ ਪਟੋਲਾ ਬਣ ਕੇ, ਜੱਟੀ ਨੱਚਦੀ ਪਟੋਲਾ ਬਣ ਕੇ ਜੀ, ਕੀ ਬਾਤ ਹੈ ਜੀ, ਬਹੁਤ ਵਧੀਆ ਗਾਣਾ ਜੀ। ਦਵਿੰਦਰ ਬੈਨੀਪਾਲ ਜੀ ਉਹਨਾਂ ਦੇ ਗੀਤ ਮੈਂ ਦੱਸਣਾ ਨਹੀਂ ਪੈਂਦਾ, ਤੇ ਯਾਰ ਮਸਤਾਨੇ ਜੀ, ਤੇ ਫੋਟੋ ਸ਼ੇਰ ਦੀ ਡੋਲੇ ਤੇ ਖਣਵਾਈ ਫਿਰਦਾ, ਏਦਾਂ ਬਹੁਤ ਜਾਨੀ ਕਿ ਇੰਦਾ ਰਾਏ ਕੋਟੀ ਦਾ ਡੋਲਿਆਂ ਚ ਜਾਣ ਚਾਹੀਦੀ ਜੀ ਬਿਲਕੁਲ। ਸੋ ਇਸ ਕਰਕੇ ਕਾਲਾ ਨਿਜ਼ਾਮਪੁਰੀਆ ਜੀ, ਉਹਨਾਂ ਦੇ ਮੈਂ ਕਾਫੀ ਗੀਤ ਗਾਏ, ਸੈਡ ਟਰੈਕ ਮੋਸਟਲੀ ਜੀ, ਤੇ ਸਾਰੇ ਹੀ ਜਿੰਦਾਬਾਦ ਜਿੰਦਾਬਾਦ, ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ ਜੀ। ਸੋ ਇਸ ਕਰਕੇ ਬਹੁਤ ਜਿਹੜੇ ਨਵੇਂ ਮੁੰਡੇ ਆਉਂਦੇ ਆ ਉਹਨਾਂ ਨੂੰ ਮੈਂ ਮਿਲਦਾ ਆ, ਉਹਨਾਂ ਨਾਲ ਚਾਹ ਪਾਣੀ ਜਦੋਂ ਮੇਰੇ ਕੋਲ ਸਮਾਂ ਹੁੰਦਾ, ਜੇ ਨਹੀਂ ਤਾਂ ਮੈਂ ਜਿੱਦਾਂ ਹੁਣ ਮੰਨ ਲਓ ਵੀ ਕੋਈ ਰਾਈਟਰ ਆ ਗਿਆ ਮੈਨੂੰ ਕਾਲ ਵੀ ਨਹੀਂ ਕੀਤੀ ਸਡਨਲੀ ਮਿਲ ਪਿਆ ਜੀ ਬਿਲਕੁਲ, ਤੇ ਮੈਂ ਇਦਾਂ ਨਹੀਂ ਵੀ ਉਹਨੂੰ ਇਗਨੋਰ ਮਾਰੂ ਜਾਂ ਮੈਂ ਬਿਜ਼ੀ ਹਾਂ ਜੀ, ਉਹਦੀ ਸੈਟਿਸਫੈਕਸ਼ਨ ਹੋਊਗੀ ਜਦੋਂ ਮੈਨੂੰ ਮਿਲੂਗਾ ਜੀ। ਤੇ ਬਾਕੀ ਗੀਤ ਅਸੀਂ ਹੁਣ ਬੜਾ ਈਜ਼ੀ ਆਪਣੇ ਕੋਲ ਬੇ ਆ ਵਟਸਐਪ ਤੇ ਮੰਗਾ ਲਈ ਦੇ, ਜਿਹੜੇ ਦੂਰ ਦਰੇਡੇ ਵਾਲੇ ਆ ਜੀ, ਮੰਨ ਲਓ ਹੁਣ ਬਠਿੰਡੇ ਤੋਂ ਕਿਸੇ ਨੇ ਆਉਣਾ ਜਾਂ ਅੰਮ੍ਰਿਤਸਰ ਤੋਂ ਪਟਿਆਲੇ ਤੋਂ, ਰਾਈਟਰ ਹਰ ਇੱਕ ਚਾਹੁੰਦਾ ਆ ਗੱਲਬਾਤ ਹੁੰਦੀ ਰਹਿੰਦੀ, ਉਹਨਾਂ ਕਹੇ ਭਾਈ ਤੁਸੀਂ ਵਟਸਐਪ ਤੇ ਪਹਿਲਾਂ ਭੇਜ ਦਿਓ, ਫਿਰ ਕਦੀ ਤੁਸੀਂ ਇੱਥੇ ਆ ਗਏ ਅਸੀਂ ਮਿਲੇ ਨਾ, ਜਾਂ ਕੋਈ ਸਡਨਲੀ ਕੋਈ ਕੰਮ ਤੁਹਾਨੂੰ ਪੈ ਜਾਂਦਾ, ਜਿੱਦਾਂ ਹੁਣ ਕੱਲ ਸਾਡਾ ਪ੍ਰੋਗਰਾਮ ਸੀ ਜੀ ਬਿਲਕੁਲ, ਤੇ ਪਰਸੋਂ ਸਵੇਰੇ ਸਾਨੂੰ ਕਾਲ ਆਈ ਵੀ ਉਹਨਾਂ ਨੇ ਦੇਖੇ ਹੋਣੇ ਮੇਰੇ ਪ੍ਰੋਗਰਾਮ, ਮੈਂ ਕਿਹਾ ਵੀ ਸਾਡਾ ਹੁਣ ਭਾਅ ਪੱਤਾ ਅਸੀਂ ਮਹਿੰਗੇ ਆ ਭਾਈ, ਉਹ ਕਹਿੰਦੇ ਸਾਨੂੰ ਪ੍ਰੋਗਰਾਮ ਚਾਹੀਦਾ, ਤੇ ਹੁਣ ਜਿਹੜੇ ਨੂੰ ਕੱਲ ਟਾਈਮ ਦਿੱਤਾ ਸੀ ਉਹਨਾਂ ਨੂੰ ਜਿੱਥੇ ਤੱਕ ਹੋ ਸਕਿਆ ਦੋ ਚਾਰ ਬੰਦਿਆਂ ਨੇ, ਜਿੱਦਾਂ ਇੰਟਰਵਿਊ ਤੁਸੀਂ ਵੀ ਮੇਰੇ ਖਿਆਲ ਕੰਟੈਕਟ ਕੀਤਾ ਸੀ ਨਾ, ਤੇ ਆਪਾਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਆਪਾਂ ਨੈਕਸਟ ਡੇ ਮਿਲਦੇ ਹਾਂ ਵੀ ਹੁਣ ਸਾਡਾ ਬਿਲਕੁਲ ਜੀ ਇੱਧਰ ਦੂਜਾ ਮਾਮਲਾ ਸੈੱਟ ਹੋ ਗਿਆ, ਤੇ ਜਿਹੜੇ ਸਮਝਣ ਵਾਲੇ ਉਹ ਸਮਝ ਜਾਂਦੇ ਆ, ਪਰ ਹੁਣ ਆਪਣੇ ਕੋਲ ਗੀਤਾਂ ਦੀ ਜਿਹੜੀ ਗੱਲ ਆ ਮੁੜ ਕੇ ਮੈਂ ਕਰਦਾ ਜੀ, ਕਿ ਮੈਂ ਕਦੀ ਵੀ ਕਿਸੇ ਨੂੰ ਇਗਨੋਰ ਨਹੀਂ ਕੀਤਾ, ਪਹਿਲਾਂ ਵੀ ਮੇਰਾ ਇਹ ਕੰਮ ਮੈਨੂੰ ਚਿੱਠੀਆਂ 'ਚ ਗੀਤ ਮੰਗਾ ਲਈਦੇ ਸੀ ਜੀ, ਉਹ ਮੇਰੇ ਜਦੋਂ ਰਾਤ ਨੂੰ ਮੈਂ ਪ੍ਰੋਗਰਾਮ ਤੋਂ ਸ਼ਾਮ ਨੂੰ ਆਉਣਾ ਮੇਰੇ ਸਿਰਹਾਣੇ ਪਏ, ਅੱਜ ਨਹੀਂ ਪੜ੍ਹੇ ਤਾਂ ਕੱਲ੍ਹ ਨੂੰ ਮੈਂ ਪੜ੍ਹਨੇ ਮੈਨੂੰ ਪਤਾ ਵੀ ਇਹ ਗੀਤ ਆਏ ਆ ਮੇਰੇ ਲਈ, ਤੇ ਫਿਰ ਉਹਨਾਂ ਨੂੰ ਮੈਂ ਪੜ੍ਹਨਾ। ਹਾਂ ਮੈਂ ਸਾਰੇ ਨਹੀਂ ਕਦੀ ਵੀ ਪੜ੍ਹਦਾ ਗੀਤ, ਹੁੱਕ ਲੈ ਨਹੀਂ ਪੜ੍ਹਨੀ, ਬਸ ਉਹੋ ਹੀ ਆ, ਮੈਂ ਉਹ 'ਚ ਦੇਖਣਾ ਵੀ ਇਹ ਕਿੱਦਾਂ ਆ, ਉਹ ਤੋਂ ਬਸ ਗੀਤ ਜੇ ਉਹ ਮਾੜਾ ਮੋਟਾ ਰਿਪੇਅਰ ਕਰਨ ਵਾਲਾ ਰਾਈਟਰ ਨੂੰ ਕਹਿ ਦੇਣਾ ਵੀ ਵੀਰਾ ਜੀ ਆਹ ਚੀਜ਼ਾਂ ਚੇਂਜ ਕਰ ਦਿਓ, ਉਹ ਲਿਖ ਕੇ ਹਾਂਜੀ ਉਹਨੂੰ ਕਰਕੇ ਕੱਟ ਵੱਢ ਕਰਕੇ ਭੇਜ ਦੇਣਾ ਵੀ ਤੁਸੀਂ ਹੁਣ ਜ਼ੋਰ ਲਾ ਲਓ, ਨਹੀਂ ਫਿਰ ਅਸੀਂ ਤਾਂ ਕਰੀ ਲੈਣਾ, ਅਗਲੇ ਦੇ ਨਾਂ ਤੇ ਹੀ ਹੁੰਦਾ ਗੀਤ, ਪਰ ਸਾਨੂੰ ਜ਼ਰੂਰੀ ਇਸ ਟਾਈਮ ਹੁੱਕ ਲੈਣ ਦਾ ਹੁੰਦਾ ਗੀਤ ਦਾ ਟਾਈਟਲ ਕੀ ਆ, ਉਹ ਸ਼ੁਰੂ ਤੋਂ ਅਸੀਂ ਉਹੀ ਰਾਈਟਰ ਤੋਂ ਮੰਗਦੇ, ਫਿਰ ਬਹੁਤ ਸਾਰੇ ਰਾਈਟਰ ਆ ਉਹਨਾਂ ਦੀ ਤਮੰਨਾ ਹੁੰਦੀ ਵੀ ਸਾਰੀ ਇੱਕ ਇੱਕ ਲਾਈਨ ਸਾਡੀ ਹੋਵੇ, ਫਿਰ ਆਪਾਂ ਉੱਤੇ ਵੀ ਛੱਡ ਦਈਦਾ, ਇੰਨੀ ਕੋਈ ਕਰੀਦੀ ਨਹੀਂ ਵੀ ਜੇ ਅਗਲਾ ਚਾਹੁੰਦਾ, ਕਈ ਵਾਰੀ ਬੜੇ ਕੋਰੇ ਕਰਾਰੇ ਲੋਕ ਵੀ ਹੁੰਦੇ ਆ, ਉਹ ਕਹਿ ਦਿੰਦੇ ਭਾਈ ਵੀ ਮੈਨੂੰ ਹੀ ਤੁਸੀਂ ਦੱਸੋ ਮੈਂ ਹੀ ਇਹਨੂੰ ਪੂਰਾ ਕਰਨਾ, ਹੁਣ ਜਿਹੜੇ ਮੈਂ ਰਾਈਟਰਾਂ ਦੇ ਤੁਹਾਨੂੰ ਨਾਂ ਦੱਸੇ ਇਹਨਾਂ ਦੇ ਤਾਂ ਉਹ ਹੁੰਦਾ ਵੀ ਸੁੱਤੇ ਪਏ ਹੀ ਭਾਵੇਂ ਗਾ ਲਈਏ, ਜਿੱਦਾਂ ਉਹ ਕਹਿੰਦੇ ਨੇ ਦੇਖਣ ਦੀ ਲੋੜ ਨਹੀਂ, ਦੇਖਣ ਦੀ ਲੋੜ ਨਹੀਂ ਜੀ ਜੀ ਬਿਲਕੁਲ ਜੀ। ਹਾਂ ਨਾਲੇ ਫਿਰ ਇਹਨਾਂ ਨਾਲ ਇੱਦਾਂ ਕਿਹਾ ਵੀ ਜੇ ਕੋਈ ਹੋਇਆ ਸੀ ਸਟੂਡੀਓ 'ਚ ਤੁਰੇ ਫਿਰਦੇ ਜੀ, ਤੇ ਮੇਰੇ ਵੱਡੇ ਵੀਰ ਆ ਚੱਕ ਮਗਲਾਣੀ ਆਪਣਾ ਗੁਆਂਢ ਪਿੰਡ ਹੀ ਆ ਜੀ ਬਿਲਕੁਲ, ਉਹ ਬਸ ਮੈਂ ਫਿਰ ਗੀਤ ਉਹਨਾਂ ਮੋਰੇ ਇਦਾਂ ਕਰ ਦੇਣਾ ਜੀ, ਵੀਰਾ ਜੀ ਤੁਸੀਂ ਚੈੱਕ ਕਰ ਲਓ ਜਿਹੜਾ ਕਰਨਾ, ਮੈਨੂੰ ਉੱਥੇ ਪੇਪਰ ਤੇ ਬਸ ਜੋ ਮੈਂ ਰਿਕਾਰਡ ਕਰਨਾ ਜੀ, ਤੇ ਅਸੀਂ ਪੁਰਾਣੇ ਸਮੇਂ ਕਾਫੀ ਲੰਮੇ ਸਮੇਂ ਤੋਂ ਜੁੜੇ ਆ ਜੀ, ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ
आले दुआले मैनू इत्थे मान लो कुलदीप भाजी देखदे रहिंदे ना जी। हाँ जी हाँ जी, उन्होंने सारा गीतां दा मैं उन्होंने फड़ा दी दा भी गीत आया जी, वह पता उन्होंने भी मैं की गाउणा आ। बिल्कुल राइटरां नूं भी इत्थे मैं ਇਹ ਗੱਲ ਤੋਂ ਕਹਿਣ ਤੋਂ ਸੰਗ ਨਹੀਂ, ਲਾਲ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਅੱਛਾ ਜੀ। ਤੇ ਉਹਨਾਂ ਨੂੰ ਹੁੰਦਾ ਵੀ ਯਾਰ ਕੋਈ ਮਾੜੀ ਗੱਲ ਨਹੀਂ ਉਸ ਬੰਦੇ ਨੇ ਕਰਨੀ, ਤੇ ਉਹਨਾਂ ਨੂੰ ਪਤਾ ਵੀ ਗੀਤ ਉਧਰ ਦੀ ਬੇਲਣੇ ਵਿੱਚ ਦੀ ਨੰਗਾ ਫੇਰ ਆਣਾ ਹੈ। ਦੀਪ ਉਹਦਾ ਕੁਲਦੀਪ ਆ ਨਾ ਹੈਗਾ ਜੀ, ਬਈ ਦੀਪ ਮਗਲਾਣੀ ਵੀ ਕਹਿ ਦਿੰਦੇ, ਚੱਕ ਮਗਲਾਣੀ ਪਿੰਡ ਆ ਮੇਰੇ ਨਾਲ ਜੀ। ਅੱਛਾ ਜੀ, ਹੁਣ ਆਪਾਂ ਆ ਜਾਈਏ ਜੀ ਖੁੱਤੀ ਤੇ। ਤੇ ਪਹਿਲਾਂ ਤਾਂ ਜੀ ਆਪਾਂ ਗੱਲ ਸਟਾਰਟ ਕਰਨ ਤੋਂ ਪਹਿਲਾਂ ਤਾਂ ਸਾਨੂੰ ਹੁਣ ਦੋ ਲਾਈਨਾਂ ਜ਼ਰੂਰ ਗਾਓ ਜੀ। ਹਾਂਜੀ ਹਾਂਜੀ, ਕਿਉਂ ਨਹੀਂ ਜੀ। ਹੋ ਜਿਮ ਲਾਈਦਾ ਆ ਦਿਲ ਧੜਕਾਉਣ ਨੂੰ, ਹੋ ਜਿਮ ਲਾਈਦਾ ਆ ਦਿਲ ਧੜਕਾਉਣ ਨੂੰ, ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ, ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ। ਉਹ ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਂ ਹੁੰਦੇ, ਆਰ ਪਾਰ ਵਾਲੇ ਕਦੇ ਖੈਂਦੇ ਨਹੀਂ ਹੁੰਦੇ। ਮਿੰਟ ਲਾਈਦਾ ਆ ਚੱਕਰੀ ਘੁਮਾਉਣ ਨੂੰ, ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ, ਉਹ ਜੱਟ ਫੇਰਿਆ ਤਿਆਰ ਖੁੱਤੀ ਪਾਉਣ ਨੂੰ। ਅੱਛਾ ਜੀ, ਹੁਣ ਆਪਾਂ ਇਸ ਗਾਣੇ ਤੇ ਆ ਜਾਈਏ ਜੀ। ਇਸ ਗਾਣੇ ਨੇ ਮਤਲਬ ਬਹੁਤ ਦੁਨੀਆਂ ਨੇ ਦੇਖਿਆ ਜੀ ਥੋੜੇ ਜਿਹੇ ਸਮੇਂ ਦੇ ਵਿੱਚ ਜੀ ਜੀ। ਦੁਬਾਰਾ ਮਤਲਬ ਜਿਹੜੀ ਤੁਹਾਡੇ ਜਿੱਦਾਂ ਫੈਨ ਫੋਲੋਇੰਗ ਸੀਗੀ ਆ ਦੁਬਾਰਾ ਆਈ ਹੈ ਨਹੀਂ ਇਸ ਗਾਣੇ ਕਰਕੇ, ਕਿੱਦਾਂ ਤੁਹਾਡੇ ਦਿਮਾਗ 'ਚ ਆਇਆ ਜੀ ਵੀ ਆਪਾਂ ਇਹੀ ਗਾਣਾ, ਔਰ ਦੇਖੋ ਲੁੱਕ ਵੀ ਤੁਹਾਡੀ ਉਸ ਟਾਈਪ ਦੀ ਹੋ ਗਈ, ਗਾਣਾ ਵੀ ਕੰਬੀਨੇਸ਼ਨ ਹੋ ਗਿਆ। ਪ੍ਰਵੇਸ਼ ਜੀ, ਉਹ ਮੈਂ ਤੁਹਾਨੂੰ ਇੰਟਰਪਟ ਕਰਦਾ ਕਿ ਉਹ ਬੜੀ ਸਿੱਧੀ ਜੀ ਗੱਲ ਆ ਜੀ, ਬਈ ਮੈਂ ਜਿਹੜਾ ਟਰੈਕ ਆ ਕਹਿੰਦਾ ਮਤਲਬ ਜਿਹੜੇ ਮੇਰੇ ਪੁਰਾਣੇ ਗੀਤ ਆ ਜੀ, ਮੈਂ ਉਹਨਾਂ ਨੂੰ ਮੁੱਖ ਰੱਖ ਕੇ ਕੀਤਾ। ਮੈਂ ਕੋਈ ਇੱਧਰ ਇੱਧਰ ਨੂੰ ਹੱਥ ਨਹੀਂ ਮਾਰੇ ਬਈ ਯਾਰ ਮੈਂ ਕੋਈ ਨਵਾਂ ਗਾਣਾ, ਮੇਰੀਆਂ ਪਹਿਲਾਂ ਵੀ ਹੁਣ ਕੀ ਕਰ ਰਹੇ ਆ ਜੀ, ਜਦੋਂ ਮੈਨੂੰ ਕੋਈ ਮੀਡੀਆ ਵਾਲਾ ਕੁਐਸਚਨ ਕਰਦਾ ਵੀ ਨਵਾਂ ਕੀ ਕਰ ਰਹੇ ਆ, ਮੈਂ ਕਹਿੰਦਾ ਵੀ ਇਹਦੇ ਵਿੱਚ ਕੰਪੋਜੀਸ਼ਨ ਹਲਕੀ ਪਤਲੀ ਇੱਧਰ ਉੱਧਰ ਕਰ ਲਈ ਦੀ, ਤੇ ਕੋਈ ਵੀਡੀਓ 'ਚ ਚੇਂਜ ਹੋ ਜਾਂਦਾ ਆ ਕੰਪੋਜੀਸ਼ਨ 'ਚ, ਕਹਿੰਦਾ ਮਤਲਬ ਇੱਕ ਉੱਦਾਂ ਉਸੇ ਮਾਹੌਲ ਦੇ ਵਿੱਚ ਦੁਬਾਰਾ ਮੈਂ ਰੱਖਿਆ ਆਪਣੇ ਆਪ ਨੂੰ, ਕਿਉਂਕਿ ਜਿਹੜੀ ਚੀਜ਼ ਮੇਰੀ ਪ੍ਰਵਾਨ ਆ ਜਿਹਨੂੰ ਪਿਆਰ ਕਰਦੇ ਆ ਲੋਕ ਸਰੋਤੇ ਦਰਸ਼ਕ, ਤੇ ਮੈਂ ਉਹਨੂੰ ਕਿਉਂ ਛੱਡਾਂ ਹਨਾ ਜੀ, ਤੇ ਟਰਾਈ ਸਾਈਡ ਤੇ ਕਰਕੇ ਦੇਖ ਲਈਦੀ ਵੀ ਸਾਨੂੰ ਵੀ ਲੱਗਣ ਲੱਗ ਪੈਂਦਾ ਵੀ ਯਾਰ ਨਾ ਹੀ ਐ ਲੈਣ ਤੋਂ ਗੱਡੀ ਨਾ ਹੀ ਲਾਈਏ ਹਨਾ, ਬਿਲਕੁਲ ਵੀ ਸਿੱਧੇ ਤੁਰੇ ਜਾਂਦੇ ਆ ਬਿਲਕੁਲ, ਤੇ ਤੁਰੇ ਜਾਈਏ ਜਦੋਂ ਹੋ ਜਾਊ ਕਿਤੇ ਜਿਹੜੀ ਚੀਜ਼ ਨੂੰ ਤੁਹਾਨੂੰ ਪਸੰਦ ਕਰਦੇ ਲੋਕ ਉਹਨਾਂ ਨੂੰ ਉਹੀ ਚੀਜ਼ ਚਾਹੀਦੀ। ਹਾਂਜੀ, ਉਦਾਂ ਦੇ ਘੈਂਟ ਜਿਹਾ ਸੋਲਿਡ ਜਿਹਾ ਗੀਤ ਸੁਣਦੇ ਆ ਮੇਰੇ ਕੋਲ, ਕਿਉਂਕਿ ਇਹੀ ਐਕਸੈਪਟੇਸ਼ਨ ਆ ਸਾਰਿਆਂ ਦੀ। ਦੇਖੋ ਜੀ ਯਾਰ ਕੋਈ ਘੈਂਟ ਜਿਹਾ ਗੀਤ, ਹਾਂ ਤੁਸੀਂ ਇਹ ਪਹਿਲਾਂ ਮੈਨੂੰ ਜਦੋਂ ਗੱਲ ਕੀਤੀ ਸੀ ਜੀ ਵੀ ਖਾੜਕੂ ਗੀਤ, ਖਾੜਕੂ ਨੀ ਜੀ ਇਹ ਸੋਲਿਡ ਗੀਤ, ਹੁਣ ਮੈਂ ਡੋਲਿਆਂ ਚ ਜਾਣ ਚਾਹੀਦੀ ਗੱਲ ਕੀਤੀ ਤੇ ਹੋਰ ਆਪਣਾ ਸੀਗਾ ਸਿਰ ਕੱਢ ਮੈਂ ਰਿਕਾਰਡ ਪੈਦਾ ਕੀਤਾ, ਉਹ ਚ ਨੀ ਕਿ ਸ਼ਬਦ ਜਿਹੜੇ ਭਾਰੇ ਭਾਰੇ ਜਿੱਦਾਂ ਪੰਜਾਬ ਦੀ ਜਿੱਦਾਂ ਜਵਾਨੀ ਨੂੰ ਬੂਸਟ ਕਰਨ ਲਈ ਉਹ ਸ਼ਬਦ ਮੈਂ ਆਲਵੇਜ਼ ਬੋਲਦਾ, ਆਉਣ ਵਾਲੀਆਂ ਵੀ ਭਾਵੇਂ ਸੈਂਕੜੇ ਹਜ਼ਾਰਾਂ ਇੰਟਰਵਿਊ ਹੋਣ ਵੀ ਮੈਨੂੰ ਇਹ ਹੁੰਦਾ ਵੀ ਸੋਲਿਡ ਹੈਲਥੀ ਸੌਂਗ ਹੋਵੇ ਮੇਰੇ ਕੋਲ, ਮੈਂ ਗੱਲ ਕਰਾਂ ਮਜ਼ਾ ਆਵੇ ਕਿਸੇ ਦੇ ਚੁੱਭੇ ਹਨਾ, ਗੱਲ ਹੋਣ ਵੀ ਕੋਈ ਉਸ ਚੀਜ਼ ਨੂੰ ਕਰੂਗਾ। ਹਾਂ ਹਾਂ, ਮੈਂ ਖੁੱਤੀ ਦਾ ਪੰਜਾਬ ਸਾਰਾ ਪਾਵੇ ਜੀ, ਸਾਡੀਆਂ ਦਾ ਗੁੱਡ ਵਿਸ਼ਿਜ਼ ਆ ਹਨਾ, ਬਿਲਕੁਲ ਜਿੱਦਾਂ ਮੇਰੇ ਲਈ ਗੁੱਡ ਵਿਸ਼ਿਜ਼ ਆ ਮੇਰੇ ਫੈਨਸ ਦੀਆਂ ਸਰੋਤਿਆਂ ਦੀਆਂ ਦਰਸ਼ਕਾਂ ਦੀਆਂ, ਏਦਾਂ ਮੇਰੀ ਆਪਣੇ ਪੰਜਾਬ ਲਈ ਉਹ ਚ ਸਾਰੇ ਆ ਜਾਂਦੇ ਆ ਜੀ, ਤੇ ਮੈਨੂੰ ਇਹ ਹੁੰਦਾ ਵੀ ਅਸੀਂ ਪੰਜਾਬੀ ਆ, ਰੰਗਲਾ ਪੰਜਾਬ ਰੰਗਲਾ ਹੀ ਰਹੇ, ਗੰਧਲਾ ਨਾ ਹੋ ਜਾਵੇ ਜੀ, ਤੇ ਉਹਦੇ ਲਈ ਅਸੀਂ ਕੋਈ ਚੰਗੀ ਘੈਂਟ ਗੱਲ ਕਰਾਂਗੇ, ਜੇ ਉਹ ਖੜਕਦੀ ਵੱਜਦੀ ਟਰੈਕਟਰਾਂ ਦੇ ਕਿਸੇ ਦੇ ਪੈਂਦੀ ਫਿਰ ਅਗਲਾ ਸੋਚੂਗਾ ਯਾਰ ਮੈਂ ਵੀ ਖੁੱਤੀ ਪਾਉਣੀ ਹੈ। ਬਿਲਕੁਲ ਜੀ, ਹਰ ਇੱਕ ਦਾ ਆਪਣਾ ਬੂਸਟ ਕਰਨ ਦੇ ਲਈ ਬੂਸਟ ਬੂਸਟ। ਅੱਛਾ ਜੀ, ਨੈਕਸਟ ਕੋਈ ਪ੍ਰੋਜੈਕਟ ਤੁਹਾਡੇ ਆ ਰਿਹਾ ਜੀ ਫਿਰ? ਹਾਂਜੀ, ਮੈਂ ਹੁਣੇ ਤੁਹਾਨੂੰ ਦੱਸਦਾ, ਮੈਂ ਹੁਣ ਸਵੇਰੇ ਇੰਗਲੈਂਡ ਜਾ ਰਿਹਾ ਜੀ ਜੀ, ਤੇ ਉੱਥੇ ਮੇਰੇ ਪ੍ਰੋਗਰਾਮ ਵੀ ਹੈਗਾ ਸ਼ੋ ਜੀ, ਤੇ ਨਾਲ ਦੀ ਨਾਲ ਸੀ ਕਾਦੇ ਪ੍ਰੋਗਰਾਮ ਮੰਨ ਲਓ ਲਾਈਵ ਸ਼ੋ। ਹਾਂਜੀ ਹਾਂਜੀ ਲਾਈਵ ਹੀ, ਮੈਂ ਤਾਂ ਲਾਈਵ ਵਾਲਾ ਜੀ ਜੀ, ਉਦਾਂ ਫਿਰ ਹੁਣ ਤੁਹਾਨੂੰ ਪਤਾ ਹੀ ਆ ਜੀ ਜੀ ਬਿਲਕੁਲ, ਏਦਾਂ ਮੈਂ ਕਹਿ ਦਿੰਦਾ ਮਾੜਾ ਜਿਹਾ ਟੌਂਟ ਜੀ ਮਾਰ ਦਿੰਦਾ, ਗਿਣਤੀ ਦੇ ਹੀ ਆ ਜਿਹੜੇ ਲਾਈਵ ਕਰ ਸਕਦੇ ਆ। ਚਾਹੁੰਦਾ ਉੱਥੇ ਹੁਣ ਮੇਰੇ ਜਿਹੜੇ ਅਮਨ ਹੇਅਰ ਜੀ, ਉਹਨਾਂ ਨਾਲ ਮੇਰੇ ਗੀਤ ਰਿਕਾਰਡ ਹੋਏ ਪਏ ਆ ਜੀ, ਉਹਦੇ ਅਸੀਂ ਵੀਡੀਓ ਕਰਾਂਗੇ, ਉਹ ਏਦਾਂ ਹੀ ਜੀ ਹੋਰ ਮੰਥ ਤੱਕ ਰਿਲੀਜ਼ ਕਰਾਂਗੇ। ਮਤਲਬ ਏਦਾਂ ਦੇ ਪ੍ਰੋਜੈਕਟ ਹੀ ਆ ਰਹੇ ਜੀ ਜਿੱਦਾਂ ਦਾ ਹੋਣਾ ਹੈ ਜੀ? ਹਾਂਜੀ ਹਾਂਜੀ, ਥੋੜਾ ਜਿੱਦਾਂ ਮੈਂ ਪਤਾ ਕਰੋ ਕੌਣ ਕੁੜੀ, ਗੁੱਡ ਲੱਕ ਚਾਮ, ਏਦਾਂ ਦੇ ਸੌਂਗ, ਸੈਡ ਸੌਂਗ, ਮੈਂ ਹਰ ਰੰਗ ਨੂੰ ਗਾਇਆ ਜੀ, ਤੇ ਵੀ ਹਰ ਵਿਸ਼ੇ ਨੂੰ ਕਹਿ ਸਕਦੇ ਆ ਜੀ, ਸੈਮੀ ਸੈਡ, ਸੈਡ, ਰੋਮਾਂਟਿਕ ਸੌਂਗ, ਬਿਲਕੁਲ ਏਦਾਂ ਜਿੱਦਾਂ
ਐਂਟਰਟੇਨਮੈਂਟ ਆ ਰਿਹਾ ਜੀ, ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਜੀ। ਹਾਂਜੀ, ਉਦਾਂ ਦੇ ਗੀਤ ਵੀ ਹੈਗੇ ਆ ਜੀ। ਅੱਛਾ ਜੀ, ਹੁਣ ਆਪਾਂ ਗੱਲ ਕਰ ਲਈਏ ਜੀ। ਦੇਖੋ ਆਪਾਂ ਤੁਹਾਨੂੰ ਉਦਾਂ ਲੇਟ ਵੀ ਬਹੁਤ ਕਰਤਾ, ਤੁਹਾਡੇ ਪਰੌਂਠੇ ਵੀ ਹੁਣ ਠੰਡੇ ਹੋ ਗਏ, ਉਹਨੇ ਦੁਬਾਰਾ ਬਣਾਉਣੇ ਪੈਣੇ ਆ ਜੀ ਉਹ। ਅੱਛਾ ਜੀ, ਆਪਾਂ ਹੁਣ ਲਾਸਟ ਦੇ ਵਿੱਚ ਗੱਲ ਕਰਦੇ ਆ ਜੀ, ਇੱਕ ਲੁੱਕ ਦੀ ਗੱਲ ਕਰ ਲਈਏ ਜੀ। ਕਈ ਤੁਹਾਨੂੰ ਸਹੀ ਕਹਿ ਰਹੇ ਆ, ਕਈ ਗਲਤ ਕਹਿ ਰਹੇ ਆ, ਹਨਾ, ਇਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਗੱਲ ਹੀ ਨਹੀਂ ਜੀ ਕੋਈ ਕਰਨ ਵਾਲੀ, ਹੁਣ ਮਹਾਰਾਜ ਜੀ ਜੋ ਕਰੇ ਕਰਾਵੇ ਆਪੇ ਆਪ ਜੀ, ਤੇ ਬਾਕੀ ਉਹਦੇ ਰੰਗ ਆ ਅੱਬੇ, ਉਹਦੇ ਉਹਦੀ ਰਜ਼ਾ ਚੋਂ ਬਾਹਰ ਜਾ ਨਹੀਂ ਸਕਦੇ। ਅੱਛਾ ਜੀ, ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ। ਹਾਂਜੀ ਹਾਂਜੀ, ਮੈਂ ਆਪਣੇ ਪੰਜਾਬ ਦੀ ਜਿਹੜੀ ਜਵਾਨੀ ਆ ਜੀ, ਉਹਦੇ ਲਈ ਪਹਿਲਾਂ ਤਾਂ ਮੈਂ ਮਹਾਰਾਜ ਜੀ ਅੱਗੇ ਅਰਦਾਸ ਕਰਦਾ ਵੀ ਸਾਡਾ ਪੰਜਾਬ ਜਿੰਦਾਬਾਦ ਰਹੇ, ਤਾਂ ਇਹ ਜਿਹੜੇ ਸਾਡਾ ਯੂਥ ਆ ਉਹਦੇ ਲਈ ਇਹੀ ਆ ਵੀ ਤੁਸੀਂ ਹੁਣ ਜਿਮ ਸ਼ਿਮ ਦਾ ਅੱਜ ਕੱਲ੍ਹ ਕਾਫੀ ਹੈਗਾ ਕਰੇਜ਼ ਜੀ, ਬਿਲਕੁਲ, ਤੇ ਤੁਸੀਂ ਜ਼ਰੂਰ ਆਪਣੀ ਹੈਲਥ ਦਾ ਜ਼ਰੂਰ ਸੋਚਣਾ, ਅੱਧਾ ਘੰਟਾ ਕੱਢ ਕੇ ਘੰਟਾ ਜਿਹਦੇ ਕੋਲ ਥੋੜਾ ਵੱਧ ਟਾਈਮ ਆ ਤੁਸੀਂ ਫਿਟਨੈਸ ਜ਼ਰੂਰ ਰੱਖਣੀ, ਪੰਜਾਬ ਲੱਗੇ ਬੰਦੇ ਨੂੰ ਦੇਖ ਕੇ ਵੀ ਇਹ ਪੰਜਾਬੀ ਆ ਜੀ, ਹੈਨਾ। ਤੇ ਚਲੋ, ਇਹਦੇ ਵਿੱਚ ਰੰਗ ਰੂਪ ਮਹਾਰਾਜ ਦੇ ਹੁੰਦੇ ਆ, ਬਿਲਕੁਲ ਬਈ, ਉਹ ਜੋ ਉਹਨੇ ਬਖਸ਼ਿਆ ਟਰਾਈ ਬੈਸਟ ਕਰਨੀ ਚਾਹੀਦੀ ਆਪਣੇ ਵੱਲੋਂ, ਬਿਲਕੁਲ ਜੀ। ਜਿੱਦਾਂ ਹੁਣ ਅੱਜ ਮੈਂ ਨਿਆਣਿਆਂ ਨੂੰ ਕਹਿ ਸਕਦਾ ਵੀ ਆ ਮੈਂ ਗਿਆ ਸੀਗਾ ਇੱਥੇ ਆਪਣੇ ਸਟਰੋਂਗ ਜਿਮ ਆਪਣੇ ਵੀਰ ਆ ਕੋਹਲੀ ਦਾ ਨਕੋਦਰ, ਬਿਲਕੁਲ, ਤੇ ਉੱਥੇ ਗਿਆ ਸੀ ਮੈਂ, ਤੇ ਮੈਂ ਨਾਲ ਸਾਰੇ ਪੇਂਡੂ ਮੁੰਡੇ ਸੀਗੇ, ਮੈਂ ਜਾ ਕੇ ਮੈਨੂੰ ਪਤਾ ਸੀਗਾ ਵੀ ਮੈਂ ਕਾਇਮ ਆ, ਮੈਂ ਉਦਾਂ ਹੀ ਥੋੜਾ ਜਿਹਾ ਲਾਈਟ ਵਾਰਮ ਅਪ ਜਿਹਾ ਹੋ ਕੇ ਮੈਂ 61 ਦੀ ਬੈਂਚ ਲਾਈ, ਤੇ ਉਹ ਸਾਰੇ ਹੈਰਾਨ ਸੀਗੇ। ਮੈਂ ਕਿਹਾ ਵੀ ਤੁਹਾਡੀ ਮੋਟੀਵੇਸ਼ਨ ਆ ਵੀ ਹੁਣ ਤੁਸੀਂ ਐਨ ਤੁਹਾਡਾ ਸਮਾਂ ਤੁਹਾਨੂੰ ਲਾਉਣੀਆਂ ਚਾਹੀਦੀਆਂ, ਤੇ ਇਦਾਂ ਜੇ ਬੰਦਾ ਮੋਹਰੇ ਇਹ ਵੀ ਮੈਸੇਜ ਹੋ ਜਾਂਦਾ, ਬਹੁਤ ਵੱਡਾ ਮੈਸੇਜ। ਉਹਨਾਂ ਨੇ ਉਦੋਂ ਹੀ ਸਨੈਪਚੈਟਾਂ ਤੇ ਛੋਟੇ ਭਰਾਵਾਂ ਨੇ ਚੱਕਦਾ ਕੰਮ, ਮੈਨੂੰ ਤਾਂ ਖੁਸ਼ੀ ਹੋਣੀ ਹੋਣੀ ਸੀ, ਬਿਲਕੁਲ ਜੀ, ਜਿਹੜੇ ਦੇਖਣਾ ਉਹਨੇ ਵੀ ਕੋਸ਼ਿਸ਼ ਕਰਨੀ ਇਹੀ ਕੰਮ ਕਰਨ ਦੀ ਦੁਆਰਾ। ਮੈਸੇਜ ਇਹੀ ਆ ਵੀ ਤੁਸੀਂ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖਣਾ, ਬਿਲਕੁਲ, ਨਸ਼ਿਆਂ ਤੋਂ ਬਚ ਕੇ ਰਹੋ ਜੀ, ਤੇ ਆਪਣੀ ਜਵਾਨੀ ਨੂੰ ਸਾਂਭ ਕੇ ਰੱਖੋ ਜੀ, ਤੇ ਬਸ ਇਹੀ। ਬਾਕੀ ਮਿਊਜ਼ੀਕਲ ਮੈਂ ਚਾਹੁੰਦਾ ਵੀ ਵਧੀਆ ਜਿਹੜੇ ਰਾਈਟਰ ਉਹ ਵਧੀਆ ਲਿਖਣ, ਤੇ ਗਾਉਣ ਵਾਲੇ ਵਧੀਆ ਗਾਉਣ, ਤੇ ਮਿਊਜ਼ਿਕ ਤਾਂ ਆਪੇ ਵਧੀਆ ਬਣ ਜਾਣਾ ਜੀ। ਤੇ ਬਾਕੀ ਹੋਰ ਜ਼ਿਆਦਾ ਮੈਂ ਇੰਨਾ ਸਿਆਣਾ ਨਹੀਂ, ਮੈਂ ਤਾਂ ਇਹੀ ਆ ਜਿੰਨਾ ਕੁ ਮੈਂ ਸਮਝਦਾ, ਜਿੰਨੀ ਕੁ ਮੈਂ ਚੀਜ਼ ਕਲੈਕਟ ਕਰਦਾ ਜੀ, ਉਹੋ ਹੀ ਮੈਂ ਮੈਸੇਜ ਦੇ ਸਕਦਾ, ਬਿਲਕੁਲ। ਕੋਈ ਸ਼ਬਦ ਗਲਤ ਬੋਲ ਹੋ ਗਿਆ ਹੋਵੇ ਤਾਂ ਮੈਂ ਮਾਫ਼ੀ ਚਾਹੁੰਦਾ, ਤੇ ਇੱਕ ਵਾਰ ਫਿਰ ਮੈਂ ਜੱਗ ਪੰਜਾਬੀ ਨਿਊਜ਼ ਤੁਹਾਡੇ ਸਾਰੀ ਟੀਮ ਦਾ ਧੰਨਵਾਦ ਕਰਦਾ, ਤੁਸੀਂ ਇੱਥੇ ਆਏ ਤੇ ਹੁਣ ਆਪਾਂ ਚਾਹ ਪਾਣੀ ਜੀ ਨਹੀਂ ਆ, ਅਸੀਂ ਵੀ ਜੀ ਜੱਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜਾ ਤੁਸੀਂ ਆਪਣੇ ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਣੀ ਜਿਹੜੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਕੀਤੀਆਂ ਜੀ, ਧੰਨਵਾਦ ਜੀ, ਧੰਨਵਾਦ।